ਰਾਜਸੀਕ ਬਜ਼ੁਰਗਾਂ ਨੂੰ ਮਿਲਣ ਆਏ ਆ ਜਿਨ੍ਹਾਂ ਦਾ ਤਲਕ ਤਲਵੰਡੀ ਪਿੰਡਰਾ ਦੀ ਜ਼ਿਲ੍ਹਾ ਸਿਆਲਕੋਟ ਸੀ ਹੁਣ ਨਾਰੋਲ ਹੋ ਗਿਆ ਇਹ ਸਾਨੂੰ ਲੱਦੇ ਵਾਲੇ ਬੜਾਇਸ਼ ਹੀ ਮਿਲ ਗਏ ਨੇ ਇਹਨਾਂ ਨੂੰ ਪੁੱਛਾਂਗੇ ਕਿ 1947 ਇਹਨਾਂ ਦੀ ਉਮਰ ਕਿੰਨੀ ਸੀ ਇਹਨਾਂ ਨੇ ਉਸ ਦੌਰ ਚ ਕੀ ਕੁਝ ਵੇਖਿਆ ਆਪ ਇਹਨਾਂ ਦੇ ਪਿੰਡ ਦੇ ਬਾਰੇ ਔਰ ਉੱਥੇ ਜਿਹੜੇ ਲੋਕ ਰਹਿੰਦੇ ਸਨ ਮੁਸਲਮ ਗੈਰ ਮੁਸਲਮ ਉਹਨਾਂ ਦੇ ਬਾਰੇ ਪੁੱਛਾਂਗੇ ਇਹ ਸਾਡਾ ਇੰਟਰਵਿਊ ਕਰਨ ਦਾ ਮਤਲਬ ਇਹੀ ਹੁੰਦਾ ਅਸੀਂ ਬਜ਼ੁਰਗਾਂ ਨੂੰ ਲੱਭਨੇ ਆ ਵੰਡ ਪੰਜਾਬ ਦੀ 1947 ਦੀ ਟੀਮ ਵਾਸੇ ਰਾਣਾ ਸੇ ਲਮਨਪੱਟੀ ਮੁਖਤਰ ਬਜ਼ੁਰਗਾਂ ਨੂੰ ਮਿਲ ਕੇ ਤੇ ਅਸੀਂ ਉਸ ਵਕਤ ਦੇ ਹਾਲਾਤ ਦਾ ਪਤਾ ਕਰਨੇ ਆ ਕਿ ਉਹ ਲੋਕ ਕਿਸ ਤਰ੍ਹਾਂ ਰਹਿ ਰਹੇ ਸਨ ਕਿਸ ਤਰ੍ਹਾਂ ਉਹਨਾਂ ਦਾ ਰਹਿਣ ਸਹਿਣ ਸੀ ਔਰ ਕਿਸ ਤਰ੍ਹਾਂ ਆਪਸ ਵਿੱਚ ਉਹਨਾਂ ਦੀ ਵਰਤੋਂ ਸੀ ਅਸਲਾਮੁਅਲੈਕ ਬਜ਼ੁਰਗੋ ਵਾਲੇਕੁਮ ਸਲਾਮ ਤੁਹਾਡਾ ਕੀ ਨਾਮ ਹੈ ਅਬਦਸਰ ਅਬਦਸਰ ਤੁਹਾਡੇ ਵਾਲੇ ਸਾਹਿਬ ਦਾ ਅਮਨੁੱਲਾ ਅਮਨੁੱਲਾ ਦਾਦਾ ਜੀ ਦੇ ਨਾਮ ਦਾ ਵੀ ਪਤਾ ਇਲਮ ਦੀਨ ਤੇ ਤੁਹਾਡੀ ਕੌਮ ਕੀ ਹੈ ਅਨਸਾਰੀ ਅਨਸਾਰੀ ਤੇ ਤੁਹਾਡਾ ਪਿੰਡ ਕਿਹੜਾ ਤਲਵੰਡੀ ਪਿੰਡਰਾ ਤਲਵੰਡੀ ਪਿੰਡਰਾ ਜਿਹੜਾ ਹੈ ਇਹਦੇ ਨਾਲ-ਨਾਲ ਪਿੰਡ ਜਿਹੜੇ ਨੇ ਉਹ ਕੋਈ ਤੁਹਾਨੂੰ ਹੈ ਨਹੀਂ ਜ਼ੇਂਜ ਤੁਹਾਡੇ ਹਾਂਜੀ ਹੈ ਨਹੀਂ ਦੱਸੋ ਰੋਲੇ ਨੇ ਵੱਡੇ ਰੋਲੇ ਅਸਲੀ ਕਿਹ ਰੋਲੇ ਅੱਛਾ ਬਾਲੇ ਕੇ ਅੱਛਾ ਝਾੜ ਕੇ ਬਾਗ ਅੱਛਾ ਢਿੱਲੀ ਅੱਛਾ ਨਹਿਰ ਤੇ ਆਦੋ ਕੇ ਅੱਛਾ ਤੇ ਬਾਟ ਠੀਕ ਹੋ ਤੇ ਤੁਹਾਡਾ ਜਿਹੜਾ ਇਸ ਪਿੰਡ ਦੀ ਤਹਿਸੀਲ ਕਿਹੜੀ ਹੈ ਸਾਡੇ ਪਿੰਡ ਦੀ ਤਹਿਸੀਲ ਨਾਰੋਵਾਲ ਸੀ ਨਾਰੋਵਾਲ ਸੀ ਹਾਂ ਹੁਣ ਜਿਹੜਾ हूँ जिला नारोवाले तहसील भी नारोवाले तहसील नारोवाल तो जिला नारोवाल जिला नारोवाल ओडा था पिंड है जी वो उन्नीस सौ संताली तो पेल्ला हाँ जी पाकिस्तान बनने तो हाँ जी कि कौम रिया स मुसलिम गैर मुसलम हाँ जी मुसलमान सन ईसाई सन ईसाई थोड़ी सन अच्छा हिंदू ज्यादा सन हिंदू और सिख सिख और हिंदू हाँ जी सिख जन ਉਹ ਜ਼ਿਮੀਦਾਰ ਸਨ ਸਿੱਖ ਜ਼ਿਮੀਦਾਰ ਸਨ ਉਹਨਾਂ ਦੀ ਕੌਮ ਕੀ ਸੀ ਪਿੰਡਰ ਪਿੰਡਰ ਤੇ ਹਿੰਦੂ ਜਿਹੜੇ ਸਨ ਉਹ ਦੁਕਾਨਸ਼ਿਕਾਣਾ ਕਰਦੇ ਸਨ ਉਹ ਦੁਕਾਨਾ ਪਾਈ ਕਿੰਨੀਆਂ ਕਿ ਦੁਕਾਨਾਂ ਸਨ ਤੁਹਾਡੇ ਪਿੰਡ 'ਚ ਸਾਡੇ ਪਿੰਡ ਜੀ ਪੂਰਾ ਬਾਜ਼ਾਰ ਹੀ ਉਹਨਾਂ ਦਾ ਹੀ ਅੱਛਾ ਵੱਡਾ ਸਾਰਾ ਪਿੰਡ ਸੀ ਹਾਂ ਵੱਡਾ ਪਿੰਡ ਸੀ ਨੌ ਨਵੇਂ ਚਲਵੰਡੀ ਕਿੰਨੀ ਆਬਾਦੀ ਸੀ ਉਹਦੀ ਆਬਾਦੀ ਦਾ ਸਰ ਜੀ ਉਹਦੇ ਦਾ ਅੰਦਾਜ਼ਾ ਨੰਬਰ ਜ਼ਰ ਕਿੰਨੇ ਸਨ ਨੰਬਰ ਜ਼ਰ 2 ਅਛਾ ਨੰਬਰ ਦਾ ਦੋ ਸੁਣ ਕੀ ਨਾਂ ਸਨ ਉਹਨਾਂ ਦੇ ਪਾਰਟੀਸ਼ਨ ਤੋਂ ਪਹਿਲਾਂ ਹਾਂਜੀ ਨੰਬਰ ਦਾ ਨਾਮ ਉਹਨਾਂ ਨੂੰ ਭੁੱਲ ਗਿਆ ਕਿਉਂਕਿ ਮੈਂ ਤੇ ਅਸਲ ਨਹੀਂ ਚਲੋ ਗਰੀਬੀ ਜਿਹੜਾ ਜਿਹੜਾ ਜਿਹੜੇ ਜਿਹੜੇ ਉਸ ਪਿੰਡ ਦੇ ਆਗੂ ਬੰਦੇ ਸਨ 1947 ਚ ਪਾਕਿਸਤਾਨ ਬਣਨ ਤੋਂ ਪਹਿਲਾਂ ਫਿਰਨਟੂ ਵਾਲੇ ਬੰਦੇ ਪਗਬਨ ਬੰਦੇ ਮਸ਼ਹੂਰ ਆਦਮੀ ਉਹਨਾਂ ਦੇ ਕੋ ਨਾਂ ਯਾਦ ਨਹੀਂ ਪਹਾਣੀ ਇਹ ਨਾ ਯਾਦ ਨਹੀਂ ਦੱਸੋ ਕਿਉਂ ਦੀ ਮਮਾ ਯੂਸਫ ਚੌਧਰੀ ਮੁਹੰਮਦ ਯੂਸਫ ਇਹ ਵੀ ਪਿੰਡਾ ਸਨ ਹਾਂ ਅੱਛਾ ਇਹ ਜੱਟ ਸਨ ਜੱਟ ਸਨ ਜੱਟ ਪਿੰਡਾਂ ਹਾਂ ਅੱਛਾ ਚੌਦੀ ਹਯਾਤ ਮੁਹੰਮਦ ਅੱਛਾ ਤੇ ਚੌਦੀ ਚੌਦੀ ਫਰੋਜ਼ ਤੁਸੀਂ ਤੁਸੀਂ ਉਹਨਾਂ ਆਪਣੇ ਪਿੰਡ ਚ ਕਿਸੇ ਬੰਦਿਆਂ ਕੋਲੋਂ ਜਿਹੜੇ ਚੱਲਦੇ ਫਿਰਦੇ ਲੋਕ ਨੇ ਜਿਹੜੇ ਪੱਗ ਬੰਨ ਬੰਦੇ ਸਨ ਉਹਨਾਂ ਚੋਂ ਕਿਸੇ ਸਿੱਖ ਦਾ ਨਾਮ ਹੀ ਸੁਣਿਆ ਕਿ ਜਿਹੜਾ ਤੁਹਾਡੇ ਪਿੰਡ ਦਾ ਚੌਧਰੀ ਹੋਵੇ ਜਿਹੜਾ ਟੁਰਨ ਸੇਤੀ ਹੋਵੇ ਕਿਸੇ ਸਿੱਖ ਦਾ ਨਾਮ ਸੁਣਿਆ ਜਾਂ ਤੁਹਾਨੂੰ ਪਤਾ ਸਿੱਖ ਦਾ ਨਾਮ ਹੈ ਜੀ ਦੱਸੋ ਇਹ ਪੱਥਰ ਸਿੰਘ ਪੱਥਰ ਸਿੰਘ ਇਹ ਵੀ ਪਿੰਡਰ ਜੱਟ ਸੀ ਹਾਂ ਪਿੰਡਾ ਸੀ ਅੱਛਾ ਉਹਨਾਂ ਦੇ ਚਬਾਰਾ ਅਜੇ ਵੀ ਹੈ ਅੱਛਾ ਉਹਨਾਂ ਦਾ ਚਬਾਰਾ ਅਜੇ ਵੀ ਹੈ ਹਾਂ ਸਾਡੇ ਮਤਲਬ ਉਹ ਚੱਲਦਾ ਫਿਰਦਾ ਅੱਜ ਤੇ ਉਹਨਾਂ ਦੇ ਮੁਸਮਨਾਂ ਦੇ ਆਬਾਦੀ ਕੱਚੇ ਮਕਾਨ ਸਨ ਮੁਸਮਨਾਂ ਐਈਸਾਈਆਂ ਦੇ اچھا ਤੇ ਸਿੱਖਾਂ ਹਿੰਦੂਆਂ ਦੇ ਪੱਕੇ ਮਕਾਨ ਉਹ ਦੇ ਸਨ اچھا ਹਾਂਜੀ ਪੱਕੇ ਮਕਾਨ ਸਨ ਇਸ ਤੋਂ ਇਲਾਵਾ ਵੀ ਕੋ ਨਾਂ ਯਾਦ ਹੈ ਤੁਹਾਨੂੰ ਉਸ ਤੋਂ ਇਲਾਵਾ ਸਾਡੇ ਪਿੰਡ ਅਸੀਂ ਮਤਲਬ دوسری تیسੀ ਜਪੜਨੀ ਹੋਣਿਆ ਜਾਂ تیسੀ ਚੌਥੀ ਜੇ ਦੇ ਉਹ ਨੂੰ ਮਨੋਰ ਲਾਲ ਆਇਆ ਏ ਸਾਡੇ ਪਿੰਡ ਮਰੋਰ ਲਾਲ ਮਨੋਰ ਲਾਲ ਹਿੰਦੂਸਤਾਨੋਂ ਆਇਆ ਏ ਹਿੰਦੂਸਤਾਨ ਦੀ ਪੁਲਸ ਲੈ ਕੇ ਆਇਆ ਸੀ ਮਰੋਰ ਲਾਲ ਕੋਣ ਹੈ ਮਨੋਰ ਲਾਲ ਹਿੰਦੂ ਸੀ ਉਹ ਤੁਹਾਡੇ ਪਿੰਡ ਦਾ ਸੀ ਉਹ ਸਾਡੇ ਪਿੰਡ ਦਾ ਸੀ ਉਹ ਪਾਰਟੀਸ਼ਨ ਦੇ ਬਾਅਦ ਉਹ ਇਹ ਚਲਾ ਗਿਆ ਇੱਕ ਗੱਲ ਬਾਤ ਕੇ ਮਰੋਰ ਲਾਲ ਦੁਕਾਨਦਾਰ ਸੀ ਉਧਰ ਵੇਖੋ ਮਰੋਰ ਲਾਲ ਦੁਕਾਨਦਾਰ ਸੀ ਦੁਕਾਨਦਾਰ ਨਹੀਂ ਸੀ ਅੱਛਾ ਹੈ ਤੁਹਾਡੇ ਪਿੰਡ ਦਾ ਸਾਡੇ ਪਿੰਡ ਦਾ ਤੁਹਾਡੇ ਪਿੰਡ ਸਕੂਲ ਐ ਸੀ ਸਾਡੇ ਪਿੰਡ ਸਕੂਲ ਬਾਅਦ ਚ ਬਣਿਆ ਪਾਰਟੀਸ਼ਨ ਤੋਂ ਪਹਿਲਾਂ ਸਕੂਲ ਨਹੀਂ ਸੀ ਗਵਰਨਮੈਂਟ ਸਕੂਲ ਸੀ ਮਿਡਲ ਤੱਕ ਪਾਕਿਸਤਾਨ ਬਣਨ ਤੋਂ ਪਹਿਲਾਂ ਮਿਡਲ ਤੱਕ ਸਕੂਲ ਐ ਸੀ ਹਾਂ ਜੀ ਅੱਛਾ ਤੁਸੀਂ ਸਕੂਲ ਗਏ ਹਾਂ ਜੀ ਉਸ ਸਕੂਲ ਮੈਂ ਪੜਿਆ ਦਾ 8ਵੀਂ ਜਮਾਤ ਤੁਸੀਂ ਜਦੋਂ ਪਾਕਿਸਤਾਨ ਬਣਿਆ ਹਾਂ ਜੀ ਉਦੋਂ ਕਿੰਵੀਂ ਜਮਾਤ ਚ ਪੜਦੇ ਸੋ ਪਾਕਿਸਤਾਨ ਜਦੋਂ ਬਣਿਆ ਉਦੋਂ ਮੈਂ ਨਹੀਂ ਪੜਦਾ ਅੱਛਾ ਨਹੀਂ ਸੋ ਪੜਦਾ ਮਨ ਪੜਨਾ ਹੁੰਦਾ ਨਹੀਂ ਸੀ ਤੁਹਾਨੂੰ ਜਿਹੜਾ ਤੁਹਾਡੇ ਪਿੰਡ ਦੀ ਜਿਹੜੀ ਜ਼ਮੀਨ ਹੈ ਉੱਥੇ ਜਿਹੜੀਆਂ ਫਸਲਾਂ ਕਾਸ਼ਤ ਹੁੰਦੀਆਂ ਸਨ ਤੇ ਫਿਰ ਸਰਾਬ ਹੁੰਦੀਆਂ ਸਨ ਪਾਣੀ ਨਾਲ ਉਹ ਖੂਹਾਂ ਦਾ ਪਾਣੀ ਸੀ ਜਾਂ ਨਹਿਰ ਦਾ ਪਾਣੀ ਨਹੀਂ ਖੂਹਾਂ ਦਾ ਪਾਣੀ ਸੀ ਤੁਹਾਨੂੰ ਕੋਈ ਖੂਹਾਂ ਦੇ ਨਾਂ ਯਾਦ ਨਹੀਂ ਖੂਹਾਂ ਦੇ ਨਾਂ ਨਹੀਂ ਯਾਦ ਅੱਛਾ ਹਾਂ ਅੱਛਾ ਤੁਹਾਡੇ ਪਿੰਡ ਦੀ ਦੁਕਾਨਾਂ ਬਾਮਨਾ ਖੱਤਰੀਆਂ ਦੀ ਐ ਹਸਨ ਤੁਹਾਨੂੰ ਇਸ ਗੱਲ ਦਾ ਪਤਾ ਹੈ ਹਾਂ ਜੀ ਪਤਾ ਕਿਸੇ ਬਾਮਨ ਖੱਤਰੀ ਦਾ ਨਾਮ ਹੁੰਦਾ ਹਾ ਜੀ ਮਨਸੀ ਅਰੋੜਾ ਮਨਸੀ ਅਰੋੜਾ ਹਾਂ ਅੱਛਾ ਇਹਦਾ ਮਤਲਬ ਤੁਹਾਡੇ ਉਥੇ ਪਿੰਡ ਅਰੋੜੇ ਜ਼ਿਆਦਾ ਸਨ ਹਾਂ ਜੀ ਅੱਛਾ ਉਹਦੀ ਦੁਕਾਨ ਸੀ ਹਾਂ ਅੱਛਾ ਇੱਕ ਤਨਿਸ਼ਾ ਸੀ ਹਿੰਦੂ ਤਨਿਸ਼ਾ ਉਹਦੀ ਦੁਕਾਨ ਸੀ ਉਹਨੂੰ ਡਾਕਾ ਪਿਆ ਸੀ ਸਹਜੋ ਉਹਦੀ ਦੁਕਾਨ ਸੀ ਹਾਂ ਜੀ ਅੱਛਾ ਉਹਦਾ ਚਵਾਰਾ ਬੜਾ ਵੱਡਾ ਉਹਦਾ ਵੀ ਮਕਾਨ ਪੱਕਾ ਸੀ ਚਵਾਰਾ ਵੱਡਾ ਸੀ ਆ ਅੱਛਾ ਤੇ ਤੁਹਾਡੇ ਪਿੰਡ ਚ ਮਸਜਿਦ ਐ ਸੀ ਮਸਜਿਦਾਂ ਜੀ ਹੈਸਣ ਕਿੰਨੀਆਂ ਪੰਜ ਪੰਜ ਮਸਜਿਦਾਂ ਬੜਾ ਵੱਡਾ ਪਿੰਡ ਸੀ ਆ ਬੜਾ ਵੱਡਾ ਪਿੰਡ ਤੇ ਗੁਰਦੁਆਰਾ ਗੁਰਦੁਆਰਾ ਵੀ ਹੈ ਸੀ ਗੁਰਦੁਆਰਾ ਵੀ ਹੈ ਸੀ ਮੰਦਿਰ ਵੀ ਹੈ ਸੀ ਗੁਰਦੁਆਰਾ ਵੀ ਸੀ ਮੰਦਿਰ ਵੀ ਸੀ ਆਹ ਦੋਨੇ ਚੀਜ਼ਾਂ ਅਲੱਗ ਅਲੱਗ ਹਾਂ ਮਸਜਿਦਾਂ ਕਿੰਨੀਆਂ ਦੱਸਿਆਂ ਜੇ ਪੰਜ ਤੇ ਮੁਸਲਮਾਨਾਂ ਤੇ ਹਿੰਦੂਆਂ ਤੇ ਸਿੱਖਾਂ ਦਾ ਜਿਹੜਾ ਘਰ ਸਨ ਰਹਿ ਸੀ ਉਹ ਇੱਕੋ ਜਗ੍ਹਾ ਸੀ ਜਾਂ ਪਿੰਡ 'ਚ ਵੰਡ ਸੀ ਵੀ ਇੱਧਰ ਮੁਸਲਮਾਨ ਰਹਿੰਦੇ ਨੇ ਇੱਧਰ ਨਹੀਂ ਇਕੱਠੇ ਰਹਿੰਦੇ ਸਨ ਮੁਸਲਮਾਨਾਂ ਦੇ ਘਰ ਵੀ ਨਾਲ ਸਨ ਹਿੰਦੂਆਂ ਦੇ ਘਰ ਵੀ ਸਨ ਨਾਲ ਸਿੱਖਾਂ ਦੇ ਘਰ ਵੀ ਨਾਲ ਸਨ ਤੁਹਾਡੇ ਨਾਲ ਕਿਹਦਾ ਘਰ ਸੀ ਸਾਡੇ ਨਾਲ ਤੇ ਜਲਾਇਆਂ ਦਾ ਘਰ ਸੀ ਅਨਸਾਰੀਆਂ ਹਾਂ ਅਨਸਾਰੀਆਂ ਤੁਹਾਡੇ ਨਾਲ ਜਾਂ ਸਾਹਮਣੇ ਤੇ ਕਿਸੇ ਸਿੱਖ ਹਿੰਦੂ ਦਾ ਮਕਾਨ ਨਹੀਂ ਸੀ ਨਹੀਂ ਸਾਡੇ ਸਾਹਮਣੇ ਹੈ ਸੀ ਤਾਂ ਨਿਸ਼ਾਦਾ ਤਾਂ ਨਿਸ਼ਾਦਾ ਮਕਾਨ ਤੁਹਾਡੇ ਸਾਹਮਣੇ ਸੀ ਹਾਂ अच्छा ਤੁਸੀਂ ਫਿਰ ਛੋਟੇ ਸੋ ਤੁਹਾਡੀ ਉਮਰ 6-7 ਸਾਲ ਦੱਸ ਦਿਓ ਹਾਂਜੀ ਪੰਜ ਸਾਲ ਸੀ ਪੰਜ ਸਾਲ ਕੋਈ ਥੋੜਾ ਜਿਹਾ ਯਾਦ ਹੈ ਕਿ ਤੁਸੀਂ ਉਹ ਸਾਹਮਣੇ ਧਨੀ ਸ਼ਾਦਾ ਮਕਾਨ ਸੀ ਉਹਦੇ ਬੱਚਿਆਂ ਬੁੱਛਿਆਂ ਨਾਲ ਖੇਲਦੇ ਸੋ ਨੇ ਜੋ ਬੱਚੇ ਬਾਹਰ ਹੀ ਕਬਰਸਤਾਨ ਹੁੰਦਾ ਸੀ ਤੇ ਬਾਹਰ ਜਾਮਿਆ ਮਾਜਾ ਸੀ ਉੱਥੇ ਹੀ ਖੇਲਨੇ ਹੁੰਦੇ ਸਾ ਹਿੰਦੂ ਸਿੱਖ ਸਿੱਖਾਂ ਦੇ ਮੁੰਡੇ ਵੀ ਹਿੰਦੂਆ ਦੇ ਮੁੰਡੇ ਵੀ ਤੇ ਸਾਈਆਂ ਦੇ ਮੁੰਡੇ ਆ ਇਕੱਠੇ ਸਾਰੇ ਖੇਡ ਕੋਈ ਤੁਹਾਨੂੰ ਥੋੜਾ ਜਿਹਾ ਯਾਦ ਹੈ ਕਿ ਜਿਹੜੇ ਬੱਚੇ ਤੁਹਾਡੇ ਨਾਲ ਖੇਡਦੇ ਸਨ ਹਿੰਦੂਆਂ ਦੇ ਸਿੱਖਾਂ ਦੇ ਅਸਾਈਆਂ ਦੇ ਜਾਂ ਮੁਸਲਮਾਨਾਂ ਦੇ ਉਹ ਉਹਨਾਂ ਦੇ ਕੋਈ ਨਾਮ ਥੋੜਾ ਬਹੁਤਾ ਯਾਦ ਹੋਵੇ ਤੁਸੀਂ ਬੜੇ ਆਰਾਮ ਨਾਲ ਸਕੂਨ ਨਾਲ ਯਾਦ ਕਰ ਲਓ ਅਗਰ ਤੁਹਾਨੂੰ ਯਾਦ ਆਉਂਦਾ ਹੈ ਹਾਂ ਜੀ ਇੱਕ ਦਾ ਨਾ ਇੱਕ ਨਾਮ ਯਾਦ ਆ ਗਿਆ ਜੀ ਇੱਕ ਔਰਤ ਦਾ ਨਾਮ ਯਾਦ ਆਇਆ ਹੈ ਅੱਛਾ ਹਾਂ ਦੱਸੋ ਔਰ ਉਹਦਾ ਕੀ ਨਾਂ ਸੀ ਬੇਟਾ ਠਹਿਰ ਕੇ ਔਰ ਉਹਦਾ ਨਾਂ ਹਾਂ ਚਲੋ ਬੱਚੇ ਦਾ ਨਾਂ ਮਾਇਆ ਦੇਵੀ ਮਾਇਆ ਦੇਵੀ ਤੇ ਬੱਚੇ ਦਾ ਕੀ ਨਾਂ ਸੀ ਗੁੱਲੂ ਰਾਮ ਗੁੱਲੂ ਰਾਮ ਵੇਖਣ ਕਿੰਨਾ ਯਾਦ ਆ ਗਿਆ ਤੁਹਾਨੂੰ ਕਿੰਨੀ ਅੱਛੀ ਤਰ੍ਹਾਂ ਜਿਹੜੀ ਮਾਇਆ ਦੇਵੀ ਹੈ ਹਾਂਜੀ ਉਹ ਤੁਹਾਨੂੰ ਕਿਉਂ ਯਾਦ ਆਈ ਤੁਹਾਡੇ ਗਵਾਂਡ ਸੀ ਨਹੀਂ ਜੋ ਸਾਡੇ ਤਨੂਰਾ ਤੇ ਰੋਟੀਆਂ ਤੇ ਲਾਉਣ ਆਉਂਦੀ ਹੁੰਦੀ ਸੀ ਨਾ ਤੇ ਕੋਈ ਮੁਸਲਮਾਨ ਦਾ ਬੱਚਾ ਕੋ ਉਹਨਾਂ ਦੇ ਰੋਟੀਆਂ ਹੱਥ ਲਾ ਜਾਂਦਾ ਸੀ ਨਾ ਤੇ ਉਹ ਸੁੱਟ ਕੇ ਲੱਜ ਜਾਂਦੀ ਅਸਣ ਹਾਂ ਤਾਂ ਤੁਹਾਨੂੰ ਯਾਦ ਹੈ ਮਾਇਆ ਦੇਵੀ ਉਧਰ ਦੇਖੋ ਮਾਇਆ ਦੇਵੀ ਤਾਂ ਯਾਦ ਹਾਂਜੀ ਬੜੀ ਗੱਲ ਤੇ ਮਾਇਆ ਦੇਵੀ ਦੇ ਘਰ ਵੀ ਪਤਾ ਕਿੱਥੇ ਕੋਸੀ ਘਰ ਜੇ ਨਾਲ 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 ਹੀ ਹੁੰਦੇ ਸਨ ਤੇ ਉਹੜਾ ਬੱਚੇ ਦਾ ਤੁਸੀਂ ਨਾਮ ਦੱਸਿਆ ਗੱਲੂ ਰਾਮ ਉਹ ਤੁਹਾਡੇ ਨਾਲ ਖੇਲਦਾ ਸੀ ਹਾਂਜੀ ਖੇਡ ਤੁਹਾਡਾ ਹਮ ਉਮਰ ਸੀ ਹਾਂਜੀ ਅੱਛਾ ਅੱਛਾ ਗੁੱਲੀ ਡੰਡਾ ਖੇਡਦੇ ਹੁੰਨੇ ਸੀ ਗੁੱਲੀ ਡੰਡਾ ਖੇਡਦੇ ਤੁਹਾਡੇ ਇਲਾਕੇ ਨੇੜੇ ਤੇੜੇ ਕੋ ਮੇਲੇ ਮੂਲੇ ਵੀ ਲੱਗਦੇ ਸਨ ਹਾਜੀ ਮੇਲੇ ਲੱਗਦੇ ਆ ਨੇ ਇੱਕ ਇੱਥੇ ਲੱਗਦਾ ਇਹ ਹਰੋਲੇ ਲੱਗਦਾ ਸੀ ਬਾਬੇ ਦਾ ਤੇ ਇੱਥੇ ਪਿੰਤਨਾਈ ਮੁੰ ਪੁੱਲ ਗਿਆ ਚਲੋ ਕੋਈ ਨਹੀਂ ਹਰੋੜਾ ਜਿਹੜਾ ਮੇਲਾ ਲੱਗਦਾ ਸੀ ਉਹ ਮੁਸਲਮਾਨਾਂ ਦਾ ਸੀ ਮੁਸਲਮਾਨਾਂ ਦੇ ਮੁਸਲਮਾਨਾਂ ਦੇ ਮੇਲੇ ਤੁਸੀਂ ਉਸ ਮੇਲੇ ਚ ਗਏ ਹੋ ਆ ਗਏ ਕਿੰਨੇ ਦਿਨ ਲੱਗਦਾ ਸੀ ਮੇਲਾ ਦੋ ਦਿਨ ਲੱਗਦਾ ਸੀ ਜਮਾ ਹਾਰ ਦੀ ਪਹਿਲੀ ਜਿਹੜਾ ਮੇਲਾ ਹੈ ਉਹਦੇ ਚ ਕੀ ਹੁੰਦਾ ਸੀ ਕੌਡੀ ਕਬੱਡੀ ਅ ਕੌਡੀ 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 ਹੁੰਦੀ ਸੀ ਹਾਂਜੀ ਬਜ਼ਾਰ ਬਜ਼ੂਰ ਵੀ ਲੱਗਦੇ ਸਨ ਹਾਂਜੀ ਬਾਜ਼ਾਰ ਲੱਗੇਦੇ ਹੁੰਦੇ ਹਨ ਉਹ ਜਿਹੜੇ ਬਾਜ਼ਾਰ ਸਨ ਉਹਨਾਂ ਚ ਕੀ ਵੇਖਦਾ ਸੀ ਉਹਨਾਂ ਚ ਇਹ ਮਠਿਆਈਆਂ ਹੁੰਦੀਆਂ ਹਨ ਖਰਬੂਜੇ ਲੱਗੇਦੇ ਹੁੰਦੇ ਹਨ ਅੱਛਾ ਅਦਵਾਨੇ ਲੱਗੇਦੇ ਹੁੰਦੇ ਹਨ ਅੱਛਾ ਗਰਮੀਆਂ ਚ ਆਉਂਦੇ ਹਨ ਨਾ ਗਰਮੀਆਂ ਚ ਆਉਂਦੇ ਹਾਂ ਤੇ ਤੁਸੀਂ ਫਿਰ ਮੇਲੇ ਜਾਂਦੇ ਸੋ ਹਾਂਜੀ ਮੇਲੇ ਜਾਂਦੇ ਕੱਲੇ ਕਿ ਆਪਣੇ ਦੋਸਤਾਂ ਨਾਲ ਨਹੀਂ ਜੀ ਭਾਈਆਂ ਦੇ ਨਾਲ ਜਾਂਦਾ ਸੀ ਤਾਏ ਦੇ ਪੁੱਤਰ ਭਰਾ ਤਾਏ ਦੇ ਪੁੱਤਰ ਭਰਾ ਤੇ ਕਿੰਨੇ ਪੈਸੇ ਫਿਰ ਘਰੋਂ ਲੈ ਕੇ ਜਾਂਦੇ ਸਨ ਉਦੋਂ ਜੇ ਪੈਸੇ ਕਿੱਥੇ ਮਿਲਦੇ ਹੁੰਦੇ ਹਨ ਚਾਰਾਂ ਨੇ ਕਦੇ ਛਿਆਂ ਨੇ ਇਸ ਰਮ ਮਿਲਦੇ ਹੁੰਦੇ ਹਨ ਤੇ ਕੀ ਫਿਰ ਜਾ ਕੇ ਖਾਂਦੇ ਸੋਤ ਵਾਜੇ ਉਹ ਕਦੇ ਕੋਈ ਮਠਿਆਈ ਲੈ ਲੈਣ ਤੇ ਕੋਈ ਖਰਬੂਜਾ ਇੱਕ ਕਦਾ ਲੈ ਕੇ ਖਾ ਲੈਣ ਖਾ ਲੈਣਾ ਅੱਛਾ ਕੋੜੀ ਛੋੜੀ ਹੁੰਦੀ ਸੀ ਉੱਥੇ ਹਾਂਜੀ ਕੋਡੀਆਂ ਤੁਹਾਡੇ ਇਲਾਕੇ ਵਿੱਚ ਕੋਈ ਮਸ਼ਹੂਰ ਕੋੜੀ ਦਾ ਖਿਡਾਰੀ ਜਾਂ ਪੁਲਵਾਨ ਕੋਈ ਮਸ਼ਹੂਰ ਐ ਸੀ ਨਹੀਂ ਜੋ ਉਹਨਾਂ ਦੇ ਨਾਂ ਮੈਨੂੰ ਆਉਂਦੇ ਅੱਛਾ ਹਾਂਜੀ ਕੋਈ ਉਂਝ ਮਸ਼ਹੂਰ ਜਰੇਮ ਪੇਸ਼ਾ ਆਦਮੀ ਕੋਈ ਜਿਹੜਾ ਇਪੇਸ਼ਾ ਸਿੱਖਾਂ ਹਾਂ ਜਿਹੜਾ ਇਪੇਸ਼ਾ ਜਿਹੜੇ ਸਿੱਖ ਜਿਹੜੇ ਨੇ ਇਹ ਜਿਹੜਾ ਇਪੇਸ਼ਾ ਕਰਦੇ ਸਨ ਕਿਸੇ ਦਾ ਨਾਮ ਯਾਦ ਹੈ ਨਹੀਂ ਜੀ ਨਾਮ ਨਹੀਂ ਯਾਦ ਮਸ਼ਹੂਰ ਹੋਵੇ ਤੇ ਸਾਡੇ ਮੁਸਮਨਾਂ ਦੇ ਬਾਬਾ ਬਟਨ ਸੀ ਨਹੀਂ ਚਲੋ ਜਿਹੜਾ ਉਹਨਾਂ ਚ ਸਿੱਖਾਂ ਜੋ ਤੁਹਾਨੂੰ ਯਾਦ ਨਹੀਂ ਸਿੱਖਾਂ ਨਾਂ ਨਹੀਂ ਯਾਦ ਯਾਦ ਨਹੀਂ ਅੱਛਾ ਇਹ ਗੱਲ ਦੱਸੋ ਤੁਹਾਡੇ ਪਿੰਡ ਚ ਜਿਹੜਾ ਪਾਣੀ ਸੀ ਘਰਾਂ ਚ ਇਸਤੇਮਾਲ ਕਰਦੇ ਜਦੋਂ ਤੁਸੀਂ ਛੋਟੇ ਸੋ 6 7 ਸਾਲ ਦੇ ਹਾਂ ਜੀ ਉਹ ਪਾਣੀ ਜਿਹੜਾ ਸੀ ਪਿੰਡ 'ਚ ਖੂਈਆਂ ਲੱਗੀਆਂ ਸਾਂ ਆਖੂਈਆਂ ਲੱਗੀਆਂ ਦੀਆਂ ਉਹਨਾਂ ਨੂੰ ਚਰਖਲੀ ਲੱਗੀ ਹੁੰਦੀ ਸੀ ਚਰਖੜੀ ਲੱਗੀ ਬੋਕੇ ਨਾ ਬੋਕੇ ਨਾ ਕੱਢਦੇ ਹਣ ਤੇ ਉਹ ਫਿਰ ਲੋਕ ਘਰਾਂ 'ਚ ਪਾਣੀ ਲੈ ਕੇ ਜਾਂਦੇ ਸੀ ਹਾਂਜੀ ਅੱਛਾ ਤੇ ਤੁਸੀਂ ਜਦੋਂ ਦੁਕਾਨ ਤੇ ਜਾਂਦੇ ਸੀ ਉਹ ਛੋਟੇ ਹੁੰਦੇ ਉਹ ਦੁਕਾਨ ਤੋਂ ਕੋਈ ਚੀਜ਼ ਲੈਣ ਜਾਂਦੇ ਸੀ ਤੇ ਉਹ ਬੱਚਿਆਂ ਦੇ ਖਾਣ ਵਾਸਤੇ ਕੀ ਚੀਜ਼ਾਂ ਹੁੰਦੀਆਂ ਸੀ ਮੂੰਗਫਲੀ ਤੇ ਰਿਓੜੀ ਅੱਛਾ ਇਹ ਜ਼ਿਆਦਾ ਹੁੰਦੀ ਸੀ ਆਹ ਅੱਛਾ ਤੋੜੇ ਵਾਲਾ ਸਭ ਕੀ ਕੰਮ ਕਰਦੇ ਸਨ ਮੇਰੇ ਵਾਲਾ ਸਾਬ ਨਹੀਂ ਰੇਲਵੇ ਚ ਮੁਲਾਜ਼ਮ ਸਨ ਰੇਲਵੇ ਚ ਮੁਲਾਜ਼ਮ ਸੀ ਕੋਇਟਾ ਇਹਦਾ ਮਤਲਬ ਤੁਹਾਡੇ ਪਿੰਡ ਚ ਲੋਕ ਪੜੇ ਲਿਖੇ ਸਨ ਹਾਂਜੀ ਸਿੱਖ ਵੀ ਪੜੇ ਲਿਖੇ ਮੁਸਲਮਾਨ ਵੀ ਪੜੇ ਲਿਖੇ ਤੁਸੀਂ ਦੱਸਿਆ ਕਿ ਤੁਹਾਡੇ ਪਿੰਡ ਚ ਸਿੱਖ ਸਨ ਅਸਾਈ ਸਨ ਤੁਸੀਂ ਇਨਸਾਰੀ ਦੱਸੇ ਨੇ ਇਸ ਤੋਂ ਇਲਾਵਾ ਕੌਮਾਂ ਵੀ ਆਸ ਹਾਂਜੀ ਹੋਰ ਦੱਸੋ ਤੇਲੀ ਨੇ ਕਮਿਆਰ ਨੇ ਅੱਛਾ ਮਤਲਬ ਅਸਾਈ ਸਨ ਬਹੁਤ ਸਾਰੇ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਦੋ ਗਿਰਜੇ ਸਨ ਅੱਛਾ ਸਾਈਂ ਜਾਂਦੀ ਵੀ ਤਾਦਾਦ ਬਹੁਤ ਸੀ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਵੇਖਿਆ ਹੋਵੇ ਕਿ ਆਟਾ ਪੀਣ ਵਾਲਾ ਖਰਾਸ ਵੀ ਐ ਸੀ ਕੋਈ ਆਟਾ ਪੀਣ ਵਾਲਾ ਖਰਾਸ ਐ ਸੀ ਮੁਸਲਮਾਨਾਂ ਦਾ ਸੀ ਜਾਂ ਸਿੱਖਾਂ ਦਾ ਸੀ ਨਹੀਂ ਜੀ ਸਿੱਖਾਂ ਦਾ ਸੀ ਉਹਨਾਂ ਦਾ ਕੀ ਨਾਮ ਸੀ ਥੋੜਾ ਜਿਹਾ ਯਾਦ ਕਰੋ ਸਰਦਾਰ ਸੂਰਨ ਸਿੰਘ ਸਰਦਾਰ ਸੂਰਨ ਸਿੰਘ ਦਾ ਖਰਾਸ ਸੀ ਨਾ ਤੁਹਾਨੂੰ ਯਾਦ ਆ ਗਿਆ ਅੱਛਾ ਹੁਣ ਇਹ ਗੱਲ ਦੱਸੋ ਉਹ ਜਿਹੜੇ ਉਸ ਦੌਰ ਜਿਹੜਾ 1947 ਤੋਂ ਪਹਿਲਾਂ ਦਾ ਤੁਹਾਨੂੰ ਜਿਹੜਾ ਤੁਹਾਨੂੰ ਨਕਸ਼ਾ ਤੁਹਾਡੇ ਜ਼ਿਹਨ ਚ ਯਾਦ ਹੋਵੇ ਕਿ ਸਾਡੇ ਪਿੰਡ ਦੇ ਬਾਗ ਗੁਦਾਰਾ ਸੀ ਬੋਰ ਸੀ ਜਿੱਥੇ ਲੋਕ ਇਕੱਠੇ ਹੋ ਕੇ गर्मिया बेहद सन सिख मुसलमान सारे बहते सन एक कोई याद है ऐसी जगह हाँ जी जगह कब्रस्त बहुत साढ़े जामे मस्जिद से अच्छा उसे वा बोर्ड से अच्छा बोर्ड के दरखत आया ना थले आके बहते हैं जट लोग चौधरी लोग मरजई सन मरजई भी बड़े अच्छा चलो उन्होंने को थले आके बहते होंगे हाँ गरीब लोग जन नहीं उस बोर्ड थले सिख मुसलमान बाकी दीगर सारे, सारे हैं।, हैं सारे बारे बारे बन हाँ जी अच्छा हम गल दसो तो करीब शहर के लगता है तो पिंड करीब जरा कस्बा या शहर जिथे ती कोई ब्याह शादी की गमी पे पेशी द कोई चीजा खरीद लेते वो करीब तो ਹਾਂਜੀ ਸਾਨੂੰ ਕਰੀਬ ਸ਼ਹਿਰ ਤੇ ਨਾਰਵਾਲ ਲੱਗਦਾ ਤੇ ਵੈਸੇ ਸਾਡਾ ਪਿੰਡ ਜਿਹੜਾ ਹੈ ਨਾ ਉਹ ਬੜਾ ਵੱਡਾ ਪਿੰਡ ਸੀ ਉੱਥੇ ਮਤਲਬ ਹਰ ਚੀਜ਼ ਮਿਲਦੀ ਸੀ ਅੱਛਾ ਉਹ ਬਾਜ਼ਾਰ ਸੀ ਐਵਰੀ ਚੀਜ਼ अवेलेबल ਉਹ 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 ਪਾਕਿਸਤਾਨ ਬਣਨ ਤੋਂ ਪਹਿਲਾਂ ਵੀ ਬਾਜ਼ਾਰ ਸੀ ਹਾਂ ਵੱਡਾ ਬਲਾ ਸੀ ਹਿੰਦੂਆਂ ਸਿੱਖਾਂ ਦਾ ਸਾਰੀਆਂ ਦੁਕਾਨਾਂ ਹਿੰਦੂਆਂ ਸਿੱਖਾਂ ਦੀ ਸੀ ਹਾਂ ਹਿੰਦੂਆਂ ਸਿੱਖਾਂ ਦੀ ਸੀ ਅੱਛਾ ਇਹ ਗੱਲ ਦੱਸੋ ਤੁਸੀਂ ਸਕੂਲ ਜਦੋਂ ਦਾਖਲ ਹੋਏ ਹੋ ਹਾਂਜੀ ਪਾਕਿਸਤਾਨ ਬਣਨ ਤੋਂ ਬਾਅਦ ਦਾਖਲ ਹੋਏ ਹਾਂ ਪਾਕਿਸਤਾਨ ਬਣਨ ਤੋਂ ਬਾਅਦ ਅੱਛਾ ਉਸੇ ਆਪਣੇ ਪਿੰਡ ਹੀ ਹਾਂਜੀ ਤੇ ਫਿਰ ਉਹ ਕਿੰਨੀ ਜਮਾਤ ਤੱਕ ਸਕੂਲ ਸੀ ਉਹ 8ਵੀਂ ਜਮਾਤ ਤੱਕ ਸਕੂਲ ਸੀ ਤੁਸੀਂ ਫਿਰ ਅੱਡੀ ਜਮਾਤਾਂ ਉੱਥੇ ਕੀਤੀਆਂ ਹਾਂਜੀ 8ਵੀਂ ਜਮਾਤਾਂ ਉੱਥੇ ਕੀਤੀਆਂ ਨੇ ਅੱਛਾ ਅੱਛਾ ਹੁਣੇ ਦੱਸੋ ਕਿ ਜਦੋਂ 1947 ਦੀ ਵੰਡ ਦਾ سلسلہ ਸ਼ੁਰੂ ਹੋਇਆ ਉਹਨਾਂ ਨੂੰ ਤੁਹਾਡੇ ਪਿੰਡ ਵਾਲਿਆਂ ਸਿੱਖਾਂ ਨੂੰ ਪਤਾ ਲੱਗਾ ਕਿ ਅਸੀਂ ਉਹਨਾਂ ਤੋਂ ਚਲਾ ਜਾਣਾ ਹੈ ਦੋ ਮੁਲਕ ਅਲੈਦਾ-ਅਲੈਦਾ ਹੋ ਗਏ ਨੇ ਹਾਂਜੀ ਤੇ ਉਹ ਫਿਰ ਉਹਨਾਂ ਦੇ ਉੱਤੇ ਕੋ ਹਮਲਾ ਹੋਇਆ ਦੁਆਲਿਓ ਉਹ ਕਿਸਰਾਂ ਗਏ ਹਾਂਜੀ ਇਹ ਤੇ ਜੀ ਬੜਾ ਤੇ ਅੱਛਾ ਸੁਵਾਕਿਆ ਜੀ ਸੁਣਾਓ ਸਾਡੇ ਡਾਕਟਰ ਕੀ ਨਾਂ ਲਿਆ ਸ਼ੇਰਪਾ ਡਾਕਟਰ ਅਲਾ ਯਾਰ ਡਾਕਟਰ ਅਲਾ ਯਾਰ ਯਾਰ ਉਹ ਵੀ ਪਿੰਡਰ ਸ ਸਾਡੇ ਪੈਸੇ ਨਹੀਂ ਸਾਡੇ ਪਿੰਸੀ ਡਾਕਟਰ ਅਲਾ ਯਾਰ ਸਰਕਾਰੀ ਹਸਪਤਾਲ ਲਗਾ ਦਾ ਅੱਛਾ ਜੀ ਉਹ ਨਾ ਉਹਨੇ ਤਕਰੀਰ ਕੀਤੀ ਸਿੱਖਾਂ ਨੂੰ ਤੇ ਮੁਸਮਾਨਾਂ ਦੇ ਕਿ ਵਈ ਸਿੱਖੋ ਜੇ ਸਿੱਖਾਂ ਦਾ ਜੱਥਾ ਆਵੇ ਮਾਲ ਨੂੰ ਆਸੇ ਤੇ ਤੂੰਹਾਂ ਡਕਣਾ ਅੱਛਾ ਜੇ ਮੁਸਮਾਨਾਂ ਦਾ ਜੱਥਾ ਆਏਗਾ ਤੋ ਮੁਸਮਨ ਡਕਰ ਅੱਛਾ ਜਮ ਉਸਮਾਨਾ ਜੱਥਾ ਤੇ ਉਸਮਾਨਾ ਡਕਣ ਉਹ ਜਨਾਬ ਇਸ ਤਕਰੀਰ ਕਰਕੇ ਨਾ ਤਕਰੀਰ ਵਾਵਾ ਨੇ ਦੇਰ ਕੀਤੀ ਵਾਵਾ ਅੱਧਾ ਘੰਟਾ ਲੱਗੀ ਤਕਰੀਰ ਕਰਦਾ ਰੋਲ ਆ ਲਾ ਉਹਨੇ ਤਕਰੀਰ ਕੀਤੀ ਤਕਰੀਰ ਕਰਨ ਦੇ ਬਾਅਦ ਉਹ ਫਿਰ بیوی ਬੱਚਿਆਂ ਨੂੰ ਨਾਲ ਲੈ ਕੇ ਹਲਵਾ ਚਲਾ ਗਿਆ ਮਾਸਟਰ ਅਲਾਇਆ ਡਾਕਟਰ ਅਲਾਇਆ ਡਾਕਟਰ ਅਲਾਇਆ ਅੱਛਾ ਤਕਰੀਰ ਕਰਨ ਦੇ ਬਾਅਦ ਉਹ ਡਾਕਟਰ ਲਾਲਾ ਯਾਰ ਫਿਰ ਹਲਵਾ ਚਲਾ ਗਿਆ ਹਲਵਾ ਵਾਲ ਦੇ ਮਤਲਬ ਉੱਥੇ ਉਸਮਾਨਾ ਦੀ ਤਦਾਦ ਜ਼ਿਆਦਾ ਸੀ ਹਲਵਾ ਵਾਲ ਹਲਵਾ ਵਾਲ ਉਹ ਵੀ ਪਿੰਡਰ ਸਨ ਨਹੀਂ ਰੰਗੜ ਰਾਂਗੜ ਅੱਛਾ ਠੀਕ ਹੋ ਜਿਹਨਾਂ ਰਾਜਪੂਤ ਆਂਦੇ ਨੇ ਜੀ ਠੀਕ ਤੇ ਉੱਥੇ ਚਲਾ ਗਿਆ ਸੀ ਉਹ ਜਦੂ ਫਿਰ ਉਹ ਸਿੱਖਾਂ ਨੂੰ ਪਤਾ ਲੱਗਿਆ ਉਹ ਫਿਰ ਰਾਤ ਨੂੰ ਵੱਢਣ ਵਾਸਤੇ ਗਏ ਡਾਕਟਰ ਅਲਾਯਾਰ ਨੂੰ ਡਾਕਟਰ ਅਲਾਯਾਰ ਨੂੰ ਵੱਢਣ ਗਏ ਉੱਥੇ ਹਲਵਾਲ ਨਹੀਂ ਉਹ ਪਿੰਡ ਤਲਵੰਡੀ ਪੈਟਾ ਉਹਦਾ ਹਸਪਤਾਲ ਦੇ ਨਾਲ ਹੀ ਘਰ ਸੀ ਨਾ ਬੰਗਲਾ ਸੀ ਉਹਨੂੰ ਮਿਲਿਆ ਦਾ ਅੱਛਾ ਜਦੋਂ ਉਹਨੂੰ ਬੰਗਲਾ ਮਿਲਿਆ ਦਾ ਸੀ ਤੇ ਉਹ ਫਿਰ ਉਹਨੂੰ ਵੱਢਣ ਵਾਸਤੇ ਗਏ ਅੱਧੀ ਰਾਤ ਨੂੰ ਤੋ ਚੌਕੀਦਾਨ ਪਹੁੰਚਦਾ ਕਿੱਥੇ ਡਾਕਟਰ ਆਲਾ ਯਾਰ ਹੰਦਾ ਉਹ ਤੇ ਜਲਦ ਜ਼ਖਰੀਰ ਕੀਤੀ ਨਾ ਉਹ ਬੱਚੇ ਬੀ ਬੱਚੇ ਲੈ ਕੇ ਟਾਂਗੇ ਤੇ ਬਿਠਾ ਕੇ ਹਲੂਆ ਚਲਾ ਗਿਆ ਸੀ ਅੱਛਾ ਉਹ ਇਸ ਤਰ੍ਹਾਂ ਬਚਿਆ ਸੀ ਅੱਛਾ ਉਹ ਬਚ ਗਿਆ ਉਹ ਬਚ ਗਿਆ ਸੀ ਉਹਨੂੰ ਕਿਉਂ ਮਾਰਨਾ ਚਾਹੁੰਦੇ ਸਨ ਕਿ ਇਹ ਨੇ ਮਤਲਬ ਹੈ ਮਤਲਬ ਹੈ ਇਹਨਾਂ ਤੋਂ ਮੁਸਮਾਨੋ ਚ ਵੱਡਾ ਹੈ ਪੜਿਆ ਲਿਖਿਆ ਹੈ ਪੜਿਆ ਲਿਖਿਆ ਬੰਦਾ ਹੈ ਸਮਝਦਾਰ ਹੈ ਸਮਝਦਾਰ ਹੈ ਤੇ ਹੋਰ ਬਾਕੀ ਸਾਰੇ ਅਨਪੜ੍ਹ ਸਨ ਅੱਛਾ ਫੇਰ ਇਸ ਬਾਰੇ ਉਹਨੂੰ ਕਤਲ ਕਰਨਾ ਚਾਹੁੰਦੇ ਹਨ ਫੇਰ ਉਸ ਤੋਂ ਬਾਅਦ ਉਹ ਫਿਰ ਉਸ ਪਿੰਡ ਚੋਂ ਕਿਸਰਾਂ ਗਿਆ ਉਹਨਾਂ ਤੇ ਕੋ ਹਮਲਾ ਹੋਇਆ ਸਿੱਖਾਂ ਤੇ ਕੋਈ ਲੁੱਟਮਾਰ ਹੋਈ ਤੁਹਾਡੇ ਪਿੰਡਾਂ ਦੇ ਦੁਆਲੇ ਕੋ ਅੱਗਾਂ ਲੱਗੀਆਂ ਕੀ ਹੋਇਆ ਸਾਡੇ ਪਿੰਡ ਜੇ ਬੜੀਆਂ ਅੱਗਾਂ ਲੱਗੀਆਂ ਦੁਕਾਨਾਂ ਨੂੰ ਸਿੱਖਾਂ ਦੀਆਂ ਦੁਕਾਨਾਂ ਉਹ ਆਪੀ ਅੱਗਾਂ ਲਾ ਗਏ ਮਕਾਨ ਜਿਹੜਾ ਹਨ ਉਹਨਾਂ ਨੂੰ ਅੱਗਾਂ ਲਾਤੀ ਆਪ ਉਹਨਾਂ ਲਾਤੀ ਹਾਂ ਨਹੀਂ ਮੁਸਲਮਾਨਾਂ ਲਾਈਆਂ ਕਿ ਇੱਕ ਮਿੰਟ ਜਿਹੜਾ ਤੁਹਾਡੇ ਪਿੰਡ ਸਿੱਖ ਤੇ ਹਿੰਦੂ ਸਨ ਹਾਂਜੀ ਉਹ ਪਿੰਡ ਦੇ ਵਿੱਚ ਹੀ ਰਹਿੰਦੇ ਸਨ ਪਹਿ ਹਾਂਜੀ ਤੇ ਉਹਨਾਂ ਤੇ ਫਿਰ ਬਾਹਰੋਂ ਹਮਲਾ ਹੋਇਆ ਉਹਨਾਂ ਨਾਲ ਹਾਂਜੀ ਤੁਹਾਡੇ ਪਿੰਡ ਦੇ ਆ ਬੰਦੇ ਹਮਲਾ ਕੀਤਾ ਕਿ ਬਾਹਰ ਦੇ ਲੋਕਾਂ ਨੇ ਨਹੀਂ ਨਹੀਂ ਬਾਹਰ ਦੇ ਲੋਕਾਂ ਨੇ ਹਮਲਾ ਕੀਤਾ ਸੀ ਮਸਲਨ ਕਿਹੜੇ ਕਿਹੜੇ ਪਿੰਡਾਂ ਦੇ ਲੋਕ ਸਾਡੇ ਪਿੰਡ ਦੇ ਨਾਲ ਬਾਲੇ ਕਿਆਂ ਦੇ ਮਲੂਕਪੁਰ ਦੇ ਠੱਟਰ ਵਾਲੀ ਦੇ ਇਹਨਾਂ ਬਲੋਕਾਂ ਨੇ ਹਮਲਾ ਕੀਤਾ ਸੀ ਉਹਨਾਂ ਦੇ ਉੱਥੇ ਰਹਿੰਦੇ ਆ ਰਹਿੰਦੇ ਉਹਨਾਂ ਦੇ ਰਹਿੰਦੇ ਹਮਲਾ ਕਰ ਦਿੱਤਾ ਕੋਈ ਯਾਦ ਹੈ ਤੁਹਾਨੂੰ ਉਹ ਟਾਈਮ ਕੀ ਸੀ ਜਦੋਂ ਉਹਨਾਂ ਨੇ ਹਮਲਾ ਕੀਤਾ ਟਾਈਮ ਜੀ ਤਕਰੀਬਨ 12 1 ਦਾ ਟਾਈਮ ਸੀ 12 1 ਵਜੇ ਉਹਨਾਂ ਨੇ ਹਮਲਾ ਕਰ ਦਿੱਤਾ ਕਿੰਨੀ ਤਦਾਦ ਚ ਲੋਕਾਂ ਨੇ ਹਮਲਾ ਕਰਨ ਵਾਲੇ ਤਦਾਦ ਦਾ ਤਾਂ ਨਹੀਂ ਪਤਾ ਕਾਫੀ ਲੋਕ ਸਾਰੇ ਅੱਛਾ ਉਹਨਾਂ ਨੇ ਫਿਰ ਉਹਨਾਂ ਉਹਨਾਂ ਤੇ ਹਮਲਾ ਕਰਨ ਤੋਂ ਬਾਅਦ ਉਹਨਾਂ ਨੂੰ ਮਾਰਿਆ ਅੱਜ ਕਈ ਵਿਚਾਰੇ ਕਤਲ ਹੋ ਗਏ ਸਿੱਖ ਆਪਣੇ ਘਰਾਂ 'ਚ ਹੀ ਆ ਪਾਜਦੇ ਨਾਲ ਪਾਜਦਿਆਂ ਪਾਜਦਿਆਂ ਅੱਛਾ ਔਰਤਾਂ ਬੱਚੇ ਵੀ ਔਰਤਾਂ ਬੱਚੇ ਬੜੇ ਕਤਲ ਹੋਏ ਬੱਚਿਆਂ ਤੇ ਛੜਛੜਦੇ ਹਨ ਤੇ ਸਾਡੇ ਉਹਨਾਂ ਮਤਲਬ ਸਿੱਖ ਜਿਹੜੇ ਹਨ ਵੱਡੇ ਵੱਡੇ ਸਰਦਾਰ ਉਹਨਾਂ ਨੂੰ ਵੱਡੇ ਤੁਹਾਨੂੰ ਕੋਈ ਨਾਮ ਯਾਦ ਹੈ ਕਿ ਜਿਹੜਾ ਤੁਹਾਡੇ ਪਿੰਡ ਦਾ ਸਰਦਾਰ ਸਿੱਖ ਜਿਹੜਾ ਉਹਨੂੰ ਮਾਰ ਦਿੱਤਾ ਹੋਵੇ ਤੁਸੀਂ ਛੋਟੇ ਬੱਚੇ ਸੋ ਤੁਸੀਂ ਵੇਖਿਆ ਹੋਵੇ ਕਿ ਉਹ ਮਰਿਆ ਪਿਆ ਜਾਂ ਗਲੀਆਂ ਚ ਲੋਕ ਮਰੇ ਪਏ ਵੇਖਿਆ ਹੋਣਾ ਸਾਨੂੰ ਨਾ ਸਾਡੀ ਗਵਰਨਨ ਸੀ ਮਾਈ ਹਲੀਮਾ ਉਹ ਮਨੂੰ ਨਾਲ ਲੈ ਗਈ ਸੀ ਆਪਣੇ ਕਟਿਆਲੀਆਂ ਕਟਿਆਲੀਆਂ ਕਿੱਥੇ ਕਟਿਆਲੀਆਂ ਸਾਡੇ ਪਿੰਡ ਤੋਂ 4-5 ਕੋਹ ਪਿੰਡਾਂ ਤਲਵੰਡੀ ਪਿੰਡਾਂ ਤੋਂ ਤਲਵੰਡੀ ਘਟਿਆਲੀਆਂ ਬੜਾ ਦੂਰ ਐ ਪੰਜ ਕੋਕ ਪਿੰਡਾ ਉਹ ਕਿਉਂ ਲੈ ਗਏ ਤੁਹਾਨੂੰ ਉਹ ਲੈ ਗਏ ਕਿਉਂਕਿ ਮੇਰੇ ਵਾਜਨ ਜਿਹੜਾ ਕਰਾਚੀ ਮੁਲਾਜ਼ਮਤ ਕਰਦੇ ਸਨ ਅੱਛਾ ਉਹ ਕਰਾਚੀ ਦੇ ਨਹੀਂ ਦੇ ਸਨ ਜਦੋਂ ਪਾਕਿਸਤਾਨ ਬਣ ਗਿਆ ਤੇ ਮੈਂ ਦਾਦੀ ਦਾਦੇ ਕੋਲ ਰਹਿਣਾ ਸਾਂ ਅੱਛਾ ਤੇ ਨਹੀਂ ਫਿਰ ਜਿਹੜੀ ਇਹ ਜਿਹੜਾ ਵਾਕਿਆ ਹੋਇਆ ਤੁਹਾਡੇ ਪਿੰਡ 'ਚ ਹਮਲਾ ਹੋਇਆ ਹਾਂਜੀ ਇਹ ਤੁਸੀਂ ਆ ਕੇ ਸੁਣਿਆ ਇਹ ਆ ਕੇ ਸੁਣਿਆ ਜੀ ਆ ਕੇ ਤੇ ਫਿਰ ਤੁਸੀਂ ਨਹੀਂ ਆਹ ਜਦੋਂ ਜਾ ਰਹੇ ਹਨ ਅਸੀਂ ਉਹ ਵੀ ਆਹ ਸਿੱਖ ਕਤਲ ਕੀਤੇ ਕਤਲ ਕੀਤੇ ਦੇ ਲੋਕਾਂ ਨੇ ਆਹ ਪੈਰੀਆਂ 'ਚ ਵੇਖੇ ਨੇ ਜਦੋਂ ਤੁਸੀਂ ਆਪਣੇ ਪਿੰਡੋਂ ਕੜਿਆਲੀ ਜਾ ਰਹੇ ਸੋ ਹਾਂ ਤੇ ਰਸਤੇ 'ਚ ਵੇਖੇ ਨੇ ਰਸਤੇ 'ਚ ਵੇਖੇ ਨੇ ਅੱਛਾ ਹਾਂ ਬੱਚੇ ਔਰਤਾਂ ਵੱਡੀਆਂ ਟੁਕੀਆਂ ਵੱਡੀਆਂ ਟੁਕੀਆਂ ਪਈਆਂ ਹਾਂਜੀ ਅੱਛਾ ਅੱਛਾ ਬਾਕੀ ਸਿੱਖਾਂ ਨੇ ਸਾਡੇ ਨਾਲ ਬਹੁਤ ਜ਼ੁਲਮ ਕੀਤਾ ਹੈ ਸਿੱਖਾਂ ਨੇ ਵੀ ਸਾਡੇ ਨਾਲ ਬਹੁਤ ਜ਼ੁਲਮ ਕੀਤਾ ਹੈ ਹੁਣ ਇਹ ਕੀਤਾ ਕਿ ਸਾਡੀਆਂ ਜਿਹੜੀਆਂ ਔਰਤਾਂ ਸਨ ਨਾ ਹਮਲਾ ਔਰਤਾਂ ਉਹਨਾਂ ਦੇ ਪੇਟ ਫਾੜ ਕੇ ਬੱਚੇ ਬਾਹਰ ਕੱਢ ਕੇ ਤੇ ਬਲਮਾਂ ਤੇ ਉੱਤੇ ਟੰਗੇ ਤੇ ਜਾਂਦੇ ਹਿੱਥੇ ਜੇ ਪਾਕਿਸਤਾਨ ਕਿੱਥੇ ਉਹ ਬਸ਼ਰ ਕੀ ਪੰਜਾਬ 'ਚ ਹੈ ਕਿ ਇਧਰ ਇਧਰ ਤੁਹਾਡੇ ਇਲਾਕੇ 'ਚ ਹਾਂ ਸਾਡੇ ਇਲਾਕਿਆਂ 'ਚ ਅੱਛਾ ਹਾਂ ਉਹਨਾਂ ਕੋਲ ਰੇਡੀਓ ਹੁੰਦੇ ਹਨ ਸਾਡੇ ਕੋਲ ਰੇਡੀਓ ਵੀ ਨਹੀਂ ਸਨ ਸਿੱਖ ਜਿਹੜੇ ਨੇ ਉਹ ਤੁਹਾਡੇ ਇਲਾਕੇ 'ਚ ਜ਼ਿਆਦਾ ਤਦਾਦ 'ਚ ਸਨ ਬੜੇ ਬੜੇ ਸਨ ਸਿੱਖ ਅੱਛਾ ਇਹ ਫਿਰ ਜਦੋਂ ਇਹਨਾਂ ਨੂੰ ਇੱਥੇ ਮਾਰਿਆ ਵੜਿਆ ਕੁੱਟਿਆ ए ने फिर, अब ए फिर ए इंडिया चले गए नहीं किसी जगह कैंप लगा नारोवाल गए नारोवाल कैंप एक कैंप चले गए पिंडे माइग्रेट हो के पंजाब आए हाँ जी वो कौन लोग आए महाजन लोग आए नहीं ਮਿਓ ਅੰਬਾਲੀਏ ਜ਼ਿਆਦਾਤਰ ਆਏ ਅੰਬਾਲੇ ਦੇ ਤੇ ਮਿਓ ਆਏ ਆ ਮਿਓ ਆਏ ਅੱਛਾ ਅੱਛਾ ਹੁਣ ਤੁਹਾਡੇ ਪਿੰਡ ਚ ਅੰਬਾਲੇ ਦੇ ਤੇ ਮਿਓ ਜ਼ਿਆਦਾ ਨੇ ਹਾਂਜੀ ਅੱਛਾ 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 ਉਹਨਾਂ ਦੇ ਨਾਮ ਆ ਦੱਸਾਂ ਬਿਸ਼ਾਰਤ ਅਬਦਰਮਾਨ ਅੱਛਾ ਹਾਂ ਰਾਣਾ ਅੱਛਾ ਇਹ ਦੱਸੋ ਤੁਸੀਂ ਆਪਣੇ ਪਿੰਡ ਚ ਆਉਂਦੇ ਜਾਂਦੇ ਰਹਿੰਦੇ ਹੋ ਹੰਜ ਕਦੇ ਕਦੇ ਜਾਂਦੇ ਤੁਸੀਂ ਫਿਰ میٹرਕ ਕਰਕੇ میٹرਕ ਕਿੱਥੇ ਕੀਤਾ میٹرਕ ਟਰਵੰਡੀ ਭੇਨਾ ਕੀਤਾ ਕਿਉਂਕਿ ਉਥੇ ਸਾਡੇ ਬੰਦੇ ਨੇ जल पाकिस्तान बन गया तो फिर हाजी हा, हा चिराग ने ना अपने मुंडे बहर कर दिए कोयत अच्छा वो कोयतों फिर पैसे कमा के ल्याये फिर स्कूल पाया अच्छा सी डी इस्लामिया अपने वालद के चिराग अच्छा। दिन इस्लामिया हाई चिराग दिन कौन सी पिंडर सी भी? नहीं छिंबा छिंबे सन उस पिंड कदीम रैन फिर मैट्रिक करते उन्नीस सौ त्रेहठ में बार श्रेठ से मैं चला गया फिर ਮ ਮਟਰ ਕਰਨ ਦੇ ਬਾਅਦ ਫਿਰ ਮੈਂ ਸ਼ਹਿਰ ਚਲਾ ਗਿਆ ਤੁਹਾਨੂੰ ਕਦੀ ਕਦੀ ਉਹ ਪੁਰਾਣਾ ਦੌਰ ਉਹਦੇ ਬੱਚਿਆਂ ਦਾ ਤੁਸੀਂ ਨਾਮ ਦੱਸਿਆ ਉਹਦਾ ਮਾਈ ਦਾ ਨਾਮ ਦੱਸਿਆ ਹਮ ਜਿਹੜਾ ਤੁਸੀਂ ਦੁਕਾਨ ਆਲਾ ਦੱਸਿਆ ਉਹ ਕਦੀ ਖਿੜੋੜਾ ਯਾਦ ਆਉਂਦਾ ਹਾਂਜੀ ਯਾਦ ਆਉਂਦਾ ਜਦੋਂ ਪਾਕਿਸਤਾਨ ਬਣ ਗਿਆ ਨਾ ਤੇ ਉਹਨੇ ਵਿਚਾਰੇ ਇਹਨਾਂ ਮੁੰਸ਼ੀ ਰੋੜੇ ਨੇ ਨਾ ਪਾਣੀ ਤੇ ਲੈਣ ਜਾਣ ਨਹੀਂ ਦੇਦੇ ਕਿਉਂਕਿ ਉਹਨੂੰ ਡਰ ਸੀ ਕਿ ਮੈਨੂੰ ਕਤਲ ਨਾ ਕਰਛਾਲ ਮੁਸਲਮਾਨ ਤੇ ਉਹਨੇ ਫਿਰ ਮਿੱਟੀ ਦਾ ਤੇਲ ਪੀਤਾ ਅੱਛਾ ਪਾਣੀ ਪਾਣੀ ਦੀ ਜਗ੍ਹਾ ਤੇ ਮਿੱਟੀ ਦਾ ਤੇਲ ਪੀਤਾ ਅੱਛਾ ਅੱਛਾ ਉਹ ਤੁਹਾਨੂੰ ਯਾਦ ਹੈ ਗੱਲ ਹਾਂ ਯਾਦ ਹੈ ਤੇ ਉਹ ਫਿਰ ਜਦੋਂ ਉਹ ਜਦੋਂ ਪਾਕਿਸਤਾਨ ਬਣ ਗਿਆ ਆਮਨ ਮਾਨ ਹੋ ਗਿਆ ਤੇ ਫਿਰ ਉੱਥੇ ਉਹਨੇ ਮਕਾਨ ਉਹਨਾਂ ਦਾ ਮਕਾਨ ਜਿਹੜਾ ਹਿੰਦੂਆਂ ਦਾ ਮੰਚੀ ਰੋੜੇ ਦਾ ਮਕਾਨ ਸੀ ਉਹ ਲਲਾਰੀਆਂ ਨੇ ਲੈ ਲਿਆ ਮੁੱਲ ਹਾਂ ਮੁੱਲ ਉਹ ਬੜਾ ਸਿਆਣਾ ਬੰਦਾ ਮੁੱਲ ਵੇਚ ਕੇ ਗਿਆ ਮਕਾਨ ਨਹੀਂ ਮਕਾਨ ਨਹੀਂ ਵੇਚ ਕੇ ਗਿਆ ਉਹਨਾਂ ਕਬਜ਼ਾ ਕਰ ਲਿਆ ਸੀ ਲਲਾਰੀਆਂ ਕਬਜ਼ਾ ਧਕੇ ਨਾ ਕਰ ਲਿਆ ਆਹ ਉਹਨੂੰ ਮਾਰ ਛੜਿਆ ਕਿ ਉਹ ਚਲਾ ਗਿਆ ਜੀ ਬਹੁਤ ਚਲਾ ਗਿਆ ਜੀ ਉਹ ਬੜੇ ਮੁਸਲਮਾਨ ਹੋ ਗਏ ਸਨ ਹਿੰਦੂ ਕਲਮਾ ਵੀ ਪੜ ਲਿਆ ਤੇ ਗੋਸ਼ਤ ਵੀ ਗਾ ਦਾ ਖਾ ਲਿਆ ਵੋਟ ਛਲੇ ਇੱਕ ਮਿੰਟ ਕਈ ਹਿੰਦੂ ਸਿੱਖ ਮੁਸਲਮਾਨ ਹੋ ਗਏ ਆਹੋ ਨਹੀਂ ਮੁਸਮਨ ਹੋਏ ਸਨ ਕਲਮਾ ਪੜ ਲਿਆ ਮੇਰੀ ਅਰਸੋ ਇੱਕ ਜਗ੍ਹਾ ਇਕੱਠੇ ਕਰਕੇ ਉਹਨਾਂ ਨੂੰ ਮੁਸਲਮਾਨ ਕਰ ਲਿਆ ਹਾਂਜੀ ਅੱਛਾ ਮੁਸਲਮਾਨ ਹੋ ਗਏ ਹਾਂਜੀ ਕਲਮਾ ਪੜ ਲਿਆ ਕਲਮਾ ਪੜ ਲਿਆ ਫਿਰ ਉਹਨਾਂ ਜੋ ਜਿਹੜੇ ਮੁਸਲਮਾਨ ਹੋਏ ਨੇ हाँ जी उन्होंने कोई बंदा मुसलमान ही रेह तो थोड़े पिंड है हूँ वो नहीं जो इंडिया गड्डिया आईया ने मैट्री वाली उन्हें बैगो सारे चले गए और फिर कफरते काफर हो गए अच्छा फिर कि देर मुसलमान रहे दो तीन घंटे रहे नहीं बस अच्छा जो तो... गड्डिया आ गई फिर अच्छा, चले गए फिर वो चले गए कभी पिंड चो गए सिख हिंदुआं चो कोई बंदा आया हाँ जी मनोहर लाल आया ਮਰੋ ਲਾਲ ਜਿਹੜਾ ਉਹ ਉਹਦਾ ਉਹ 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 ਇਸ ਪਿੰਡ ਦਾ ਰਹਿਣ ਵਾਲਾ ਸੀ ਹਾਂਜੀ ਇਸ ਪਿੰਡ ਦਾ ਤਲਵੰਡੀ ਪਿੰਡ ਦਾ ਰਹਿਣ ਵਾਲਾ ਸੀ ਉਹ ਕੋਈ ਦੁਕਾਨਦਾਰ ਸੀ ਨਹੀਂ ਆਹ ਦੁਕਾਨਦਾਰ ਸੀ ਉਹ ਕਦੋਂ ਆਇਆ ਉਹ ਆਇਆ ਜੇ ਸਾਨੂੰ 1900 56 ਸੀ ਗਲ ਗਲਬਨ 56 ਜਾਂ 57 ਚ ਆਇਆ ਉਹ ਕਿਉਂ ਆਇਆ ਉਹ ਜੀ ਇਸ ਮਾਰੇ ਆਇਆ ਤਲਵੰਡੀ ਪਿੰਡਾਂ ਆਪਣੇ ਪਿੰਡ ਹੂੰ ਉਹ ਨਾ ਸੋਨਾ ਜ਼ੇਵਰ ਗੜਵੇ ਨੱਪ ਕੇ ਦੇਖਣ ਇਥੇ ਆਪਣੇ ਘਰ ਆਪਣੇ ਘਰ ਅੱਛਾ ਉਹਨੇ ਚਾਰ ਜਗ੍ਹਾ ਤੇ ਆਪਣੇ ਗੜਵੇ ਨੱਪੇ ਦੇ ਹਨ ਅੱਛਾ ਤੁਸੀਂ ਵੇਖੇ ਹੋ ਹਾਂਜੀ ਜਦੋਂ ਆਇਆ ਹਾਂਜੀ ਅੱਛਾ ਇਹ ਦੱਸੋ ਜਦੋਂ ਆਇਆ ਕੱਲਾ ਸੀ ਉਹਦੇ ਨਾਲ ਪੁਲਿਸ ਸੀ ਨਹੀਂ ਇੰਡੀਆ ਦੀ ਪੁਲਿਸ ਨਾਲ ਆਈ ਸੀ ਫਿਰ ਪਾਕਿਸਤਾਨ ਦੀ ਪੁਲਿਸ ਨਾਲ ਪਾਕਿਸਤਾਨ ਦੀ ਪੁਲਿਸ ਨਾਲ ਸੀ ਹਾਂ ਇੰਡੀਆ ਦੀ ਪੁਲਿਸ ਸੀ ਸੀ ਤੁਸੀਂ ਫਿਰ ਉਹ ਜਦੋਂ ਲੋਕ ਇਕੱਠੇ ਹੋ ਗਏ ਮਨੋਹਰ ਲਾਲ ਦੇ ਘਰ ਨੂੰ ਲੋਕ ਜਾ ਰਹੇ ਸੀ ਤੁਸੀਂ ਵੀ ਨਾਲ ਗਏ ਹਾਂਜੀ ਬੱਚੇ ਸਨ ਅਸੀਂ ਮਤਲਬ ਵੇਖਣ ਗਏ ਸੀ ਬਹੁਤ ਵਾਡੇ ਸਾਰੇ ਹਾਂ 1957 ਦੀ ਗੱਲ ਹੈ ਹਾਂਜੀ 57 ਉੱਥੇ ਜਾ ਕੇ ਫਿਰ ਉਹਨਾਂ ਉਸ ਮਕਾਨ 'ਚ ਕੌਣ ਰਹਿੰਦਾ ਸੀ ਉਸ ਮਕਾਨ 'ਚ ਅੱਜ ਬੜੇ ਗਰੀਬ ਮਹਾਜਰ ਸਾਨੂੰ ਚਾਰੇ ਉਹ ਰਹਿੰਦੇ ਸਨ ਅੱਛਾ ਉਹਨਾਂ ਨੂੰ ਨਹੀਂ ਪਤਾ ਲੱਗਾ ਇਹਨਾਂ ਨੇ ਫਿਰ ਮਨੋਹ ਜਲਾਲ ਨੇ ਦੱਸਿਆ ਜਾ ਕੇ ਕਿ ਇੱਥੇ ਮਾਲ ਹੈ ਉਹ ਨਹੀਂ ਬਕਾਇਦਾ ਮਨੋਹ ਲਾ ਨਾ ਨਕਸ਼ਾ ਲੈ ਕੇ ਆਇਆ ਰਹੀ ਇੰਡੀਆ ਚੋਂ ਅੱਛਾ ਨਕਸ਼ਾ ਲੈ ਕੇ ਆਇਆ ਰਹੀ ਤੇ ਉਹਨੇ ਨਿਸ਼ਾਨ ਲਗਾ ਦੇ ਹਨ ਕਿ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਇਸ ਜਗ੍ਹਾ ਮਤਲਬ ਸੀੜੀਆਂ ਚੜਦਾ ਜਾਂਦਾ ਹੈ ਉੱਚ ਬਾਰਾ ਹੀ ਨੇ ਦੋ ਮੰਜ਼ਲਾ ਅੱਛਾ ਤੇ ਉਹ ਸੀੜੀਆਂ ਚੜਦਾ ਜਾਂਦਾ ਜਾਂਦਾ ਇੱਥੇ ਖੋਦ ਉਹ ਜਿੱਥੇ ਖੋਦੇ ਉੱਥੇ ਗੜਵਾ ਨਿਕਲਉਂਦਾ ਸੀ ਗੜਵਾ ਨਿਕਲਦਾ ਸੀ ਗੜਵਾ ਸੋਨੇ ਗੜਵਾ ਭਰਿਆ ਦਾ ਸੋਨੇ ਚਾਂਦੀ ਦਾ ਅੱਛਾ ਉਹ ਫਿਰ ਕਿੰਨਾ ਕੁ ਮਾਲ ਨਿਕਲਿਆ ਮਾਜੀ ਸੁਣੇ ਤੇ ਨਹੀਂ ਪਤਾ ਕਿੰਨਾ ਕੁ ਮਾਲ ਕਿਉਂਕਿ ਅਸੀਂ ਬੱਚੇ ਸਾਂ ਗੜਵੇ ਕਿੰਨੇ ਕੁ ਨਿਕਲੇ ਚਾਰ ਗੜਵੇ ਅੱਛਾ ਬੜਾ ਸੋਨਾ ਫਿਰ ਉਹ ਲੈ ਗਿਆ ਆ ਬੜਾ ਸੋਨਾ ਲੈ ਕੇ ਗਿਆ ਤੇ ਉਹ ਗਰੀਬ ਮਹਾਜਰ ਉੱਥੇ ਰਹਿੰਦੇ ਹੁੰਦੇ ਸਨ ਅੱਛਾ ਉਹ ਉਸ ਤੋਂ ਬਾਅਦ ਤੇ ਫਿਰ ਕੋਈ ਬੰਦਾ ਨਹੀਂ ਤੁਹਾਡੇ ਪਿੰਡ ਉਸ ਤੋਂ ਬਾਅਦ ਉਹ ਨਾ ਸਾਨੂੰ ਵੈਪ ਆ ਗਿਆ ਉਹਨਾਂ ਮਹਾਜਰਾਂ ਨੂੰ ਕਿ ਪੰਜਵੇਂ ਭਰਾ ਦਾ ਨਹੀਂ ਲੱਭਦਾ ਪੰਜਵੇਂ ਭਰਾ ਦਾ ਮੇਰਾ ਗੜਵਾ ਨਹੀਂ ਲੱਭਾ ਉਹ ਹੋਰ ਮਕਾਨ ਸੀ ਤੁਬਾਰਾ ਸੀ ਉਹ ਹੀ ਮਕਾਨ ਸੀ ਉਸੇ ਮਕਾਨ ਚ ਅੱਛਾ ਫਿਰ ਉਹ ਲਫ ਮਹਾ ਉਹ ਜਦ ਤੁਰ ਗਿਆ ਹਿੰਦੀ ਦੇ ਚ ਤਕਰੀਰ ਕੀਤੀ ਸਾਨੂੰ ਨਹੀਂ ਉਹਦੀ ਸਮਝ ਆਈ ਤੇ ਕੀ ਕਰਦਾ ਤਕਰੀਰ ਕਰ ਕੇ ਨਾ ਉਹ ਚਲੇ ਗਏ ਇੰਡੀਆ ਦੇ ਇੰਡੀਆ ਚਲੇ ਗਏ ਅੱਛਾ ਤਾਂ ਫਿਰ ਮਾਜਰਾ ਨੇ ਅਗਲੇ ਦਿਨ ਸਾਰਾ ਉਹ ਮਕਾਨ ਢਾਹ ਛੜਿਆ ਸਾਰਾ ਗੜ ਵੇਖਿਆ ਕੋਈ ਗੜਵਾ ਨਹੀਂ ਲੱਭਾ ਅੱਛਾ ਤੇ ਲਾਲ ਲਾਲ ਮਲਕ ਲਾਲ ਸੀ ਨੇ ਉਹਨੇ ਉਹਦੀ ਰੋਟੀ ਬਕਾਈ ਸੀ ਮਲਕ ਲਾਲਦੀਨ ਕੌਣ ਹੈ ਤੇਲੀ ਸੀ ਤੁਹਾਡੇ ਪਿੰਡ ਦਾ ਰਹਿਣ ਵਾਲਾ ਆ ਸਾਡੇ ਪਿੰਡ ਦਾ ਸੀ ਉਹਨੇ ਮਨੋਹ ਜਲਾਲ ਮਨੋਹ ਲਾਲ ਦੀ ਰੋਟੀ ਪਕਾਈ ਸੀ ਕਿਉਂਕਿ ਉਹਨਾਂ ਦੇ ਪਰੋਸੀ ਸਨ ਉਹ ਮਲੋਹ ਲਾਲ ਦਾ ਘਰ ਮਲਕ ਲਾਲਦੀਨ ਦੇ ਨਾਲ ਸੀ ਆ ਨਾਲ ਦੋਨਾਂ ਦਾ ਘਰ ਇਕੱਠਾ ਗਵਾਂਢੀ ਗਵਾਂਢੀ ਸਨ ਹਾਂਜੀ ਤੇ ਉਹਦੀ ਰੋਟੀ ਉਹਨੇ ਪਕਾਈ ਸੀ ਕਿੰਨੀ ਕੁ ਉਮਰ ਦਾ ਸੀ ਜਦੋਂ ਆਇਆ ਸੀ ਕੌਣ ਮਨੋਹ ਆ ਉਹ ਕਮਰ ਕਮਨੇ ਕਮਰ ਕਮਾ ਉਰੀ 45 46 ਸਾਲ ਦੀ ਉਮਰ ਸੀ ਅੱਛਾ ਕਾ ਡਾਇਮੰਡ ਨਹੀਂ ਕੱਲਾ ਹੀ ਸੀ ਕਿ ਹੋਰ ਵੀ ਉਹਦੇ ਨਾਲ ਕੋਈ ਆਇਆ ਕੱਲਾ ਸੀ ਤੇ ਨਾਲ ਫੋਲਸਾਈ ਦੀ ਸੀ ਇੰਡੀਆ ਅੱਛਾ ਉਹਨੇ ਰੋਟੀ ਪਕਾਈ ਹਾਂ ਉਹਦਾ ਮਤਲਬ ਹੈ ਪੰਜ ਚਾਰ 10 ਘੰਟੇ ਤੁਹਾਡੇ ਪਿੰਡ ਰਹਾ ਆ ਜੀ ਫਿਰ ਪਿੰਡ ਦੇ ਲੋਕ ਜਿਹੜੇ ਮਿਲੇ ਹਾਂ ਬਜੱਫੀਆਂ ਪਾਕ-ਪਾਕ ਕੇ ਮਿਲਦਾ ਹੈ ਅੱਛਾ ਖੁਸ਼ ਹੋ ਕੇ ਖੁਸ਼ ਹੋ ਕੇ ਚਲੋ ਬੜੀ ਮਿਹਰਬਾਨੀ ਤੁਸੀਂ ਜਿਹੜਾ ਸਾਨੂੰ ਜੋ ਤੁਹਾਨੂੰ ਯਾਦਦਾਸ਼ਤ ਹੈ ਉਹ ਤੁਸੀਂ ਦੱਸਿਆ ਹੈ ਅਗਰ ਤੁਹਾਨੂੰ ਕੋਈ ਗੱਲ ਹੋਰ ਐਸੀ ਯਾਦ ਹੈ ਜਿਹੜੀ ਤੁਸੀਂ ਜਿਹੜੇ ਨਾਂ ਭੁੱਲਣ ਵਾਲੀ ਹੋਵੇ ਰਾਣਾ ਸਾਹਿਬ ਉਹ ਕੋਈ ਐਸੀ ਗੱਲ ਤੁਹਾਨੂੰ ਯਾਦ ਹੈ ਤੇ ਦੱਸੋ ਕਤਲੋਗਾਰਤ ਬੜੀ ਹੋਈ ਐ ਅਸੀਂ ਇਤੋਂ ਬੜੇ ਜਾ ਨਹੀਂ ਕਤਲੋਗਾਰਤ ਤੇ ਹੋਈ ਹਾਂ ਲੇਕਿਨ ਸਾਨੂੰ ਇਹ ਗੱਲ ਦੱਸੋ ਤੁਸੀਂ ਕਤਲੋਗਾਰਤ ਹੁੰਦਿਆਂ ਵੇਖਿਆ ਜਾਂ ਕਤਲੋਗਾਰਤ ਹੋਈ ਵੇਖੀ ਨਹੀਂ ਕਤਲੋਗਾਰਤ ਹੋਈ ਹੀ ਵੇਖੀ ਮਰੇ ਹੋਏ ਬੰਦੇ ਵੇਖੇ ਨੇ ਮਤਲਬ ਅਸੀਂ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਆ ਕਿ ਮਰੇ ਹੋਏ ਬੰਦੇ ਜਿਹੜੇ ਨੇ ਉਹ ਤੁਸੀਂ ਆਪਣੇ ਪਿੰਡ ਦੀਆਂ ਗਲੀਆਂ 'ਚ ਵੇਖੇ ਫਸਲਾਂ 'ਚ ਵੇਖੇ ਨਹਿਰਾਂ 'ਚ ਵੇਖੇ ਖੂਹਾਂ 'ਚ ਡਿੱਗੇ ਵੇਖੇ ਕਿੱਥੇ ਵੇਖੇ ਦਰਿਆਤ ਵੇਖੀ ਆਪਣੇ ਆਪਣੇ ਆਂਗ ਪਿੰਡ ਦੀਆਂ ਪੈਲੀਆਂ ਚ ਆਪਣੇ ਪਿੰਡ ਦੀਆਂ ਪੈਲੀਆਂ ਚ ਕੋਈ ਬੱਚਾ ਕੋਈ ਬڑا ਹਾਂਜੀ ਐਸਾ ਵੇਖਿਆ ਤੁਸੀਂ ਜਿਹੜਾ ਤੁਸੀਂ ਪਛਾਣ ਲਿਆ ਹੋਵੇ ਕਿ ਯਾਰ ਇਹ ਤੇ ਫਲਾਣਾ ਬੰਦਾ ਹੈ ਤੇ ਫਲਾਣੇ ਦਾ ਬੇਟ ਨਹੀਂ ਉਹਦੋਂ ਨਹੀਂ ਪਛਾਣਿਆ ਅੱਛਾ ਉਹ ਲਾਸ਼ਾਂ ਜਿਹੜੀਆਂ ਨੇ ਇਸ ਤਰ੍ਹਾਂ ਹੀ ਪੈਲੀਆਂ ਚ ਰਸਤਿਆਂ ਚ ਪਈਆਂ ਰਹੀਆਂ ਉਹਨਾਂ ਦਾ ਫਿਰ ਕੀ ਆਖਰਕਾਰ ਉਹ ਉਹ ਦੱਬੀਆਂ ਸਾੜੀਆਂ ਕੀ ਕੀਤਾ ਨਹੀਂ ਜੀ ਅਸੀਂ ਤੇ ਕਿਟਿਆੜੀਆਂ ਚੱਲੇ ਗਏ ਹਾਂ ਲਾਸ਼ਾਂ ਨੂੰ ਵੇਖ ਕੇ

ਅੱਗਾ ਲਾਈਆਂ ਦੁਕਾਨਾਂ ਤੇ ਮਤਲਬ ਅੱਗਾ ਲੱਗ ਗਈਆਂ ਅੱਛਾ ਇੱਕ ਗੱਲ ਹੋਰ ਦੱਸੋ ਕਿ ਉਹ ਜਿਹੜੇ ਹਿੰਦੂ ਸਿੱਖ ਨੇ ਉਹ ਬਕੌਲ ਤੁਹਾਡੇ ਕਿ ਉਹਨਾਂ ਦੇ ਮਕਾਨ ਵੱਡੇ ਵੱਡੇ ਸਨ ਉਹ ਅਮੀਰ ਆਦਮੀ ਸਨ ਉਹਨਾਂ ਦਾ ਮਾਲ ਫਿਰ ਕਿੰਨੇ ਲੁੱਟਿਆ ਮਤਲਬ ਦਕਾਨ ਦਾਣੇ ਕਣਕ ਮੁਸਮਨਾਂ ਨੇ ਲੁੱਟਿਆ ਤੁਹਾਡੇ ਪਿੰਡ ਦੇ ਹਾਂਜੀ ਅੱਛਾ ਜਿਹੜੇ ਤੁਹਾਡੇ ਪਿੰਡ ਦੇ ਲੁੱਟਣ ਵਾਲੇ ਨੇ ਉਹਨਾਂ ਦੇ ਡੰਗਰ ਵੇਖੋ ਨਾ ਵੱਡੇ ਵੱਡੇ ਉਹ ਤਗੜੇ ਬੰਦੇ ਸਨ ਉਹਨਾਂ ਦੇ ਕਾਰਸ਼ਨਾਜ ਵੀ ਬੜਾ ਹੋਣਾ ਕੱਪੜਾ ਵੀ ਬੜਾ ਹੋਣਾ ਹਾਂਜੀ ਇਹ ਲੁੱਟਣ ਵਾਲੇ ਲੋਕ ਕੌਣ ਸਨ ਸਾਡੇ ਮੁਸਮਨ ਪ੍ਰਾਸਣ ਕੌਣ ਬੇਖੋ ਨਾ ਉੱਥੇ ਅੱਛੇ ਲੋਕ ਵੀ ਸਨ ਹਾਂਜੀ ਅੱਛੇ ਲੋਕ ਵੀ ਸਨ ਉਸ ਦੌਰ ਦੇ ਵਿੱਚ ਭਲਾ ਕਰਨ ਵਾਲੇ ਸਨ ਹਾਂਜੀ ਤੇ ਉਹ ਲੋਕ ਵੀ ਸਨ ਜਿਹੜੇ ਮਾਲ ਦੀ ਲਾਲਚ ਤੋਂ ਬੰਦਿਆਂ ਨੂੰ ਮਾਰਦੇ ਸਨ ਲੁੱਟਦੇ ਸਨ ਦੂਰ ਵਿੱਚ ਹੀ ਰਲੇ ਮਲੇ ਕੰਮ ਹਾਂਜੀ ਸਾਰੇ ਰਲੇ ਮਲੇ ਸਨ ਉਹ ਤੁਹਾਡੇ ਪਿੰਡ ਦੇ ਕਿਹੜਾ ਗਰੋਸ ਸੀ ਜਿਨ੍ਹਾਂ ਦੇ ਮਕਾਨ ਲੁੱਟੇ ਉਹਨਾਂ ਦੀਆਂ ਦੌਲਤ ਦੁਕਾਨਾਂ ਲੁੱਟੀਆਂ ਦੁਕਾਨਾਂ ਲੁੱਟੀਆਂ ਉਹ ਕਿਹੜੇ ਲੋਕ ਸਨ ਸਾਰੇ ਸੰਜੇ ਮਤਲਬ ਜਲਾਸ ਹਨ ਕਿ ਮਿਆਰ ਹਨ ਮੋਚੀ ਸੰ ਤੇਲੀ ਸੰ ਸਾਰੇ ਜੱਟ ਵੀ ਤੁਹਾਡੇ ਮੁਸਲਮਾਨ ਜੱਟ ਵੀ ਅਸਨ ਤੁਹਾਡੇ ਮੁਸਮਾ ਜੱਟ ਵੀ ਸਨ ਮਗਰ ਉਹਨਾਂ ਨੇ ਇਹ ਹਰਕਤਾਂ ਉਹਨਾਂ ਦੀ ਨਹੀਂ ਹੱਥ ਮੁਸਲਮਾਨ ਜੱਟਾਂ ਨੇ ਕੰਮ ਨਹੀਂ ਕੀਤਾ ਇਹ ਜਲਾ ਤੇਲੀ ਮੋਚੀ ਕਿ ਮਿਆਰ ਇਹਨਾਂ ਨੇ ਕੀਤੀ ਹੈ ਚੰਗੀ ਟਕਾ ਕੇ ਕੀਤੀ ਇਹਨਾਂ ਜੋ ਜਿਹਨੇ ਸਭ ਤੋਂ ਚੋਖੀ maal ਲੁੱਟਿਆ ਹਾਂਜੀ ਔਰ ਬਾਅਦ ਫਿਰ ਪਾਕਿਸਤਾਨ ਬਣਨ ਤੋਂ ਬਾਅਦ ਉਹਦੀ ਤਰੱਕੀ ਤੇ ਉਹ ਜ਼ਾਰ ਹੋ ਗਿਆ ਕਿ ਇਹਨੇ ਯਾਰ ਬੜਾ ਮਾਲ ਲੁੱਟਿਆ ਇਹਦੇ ਕੋਲ ਉਹਦਾ ਮਾਲ ਏ ਉਹ ਕੋਈ ਬੰਦਾ ਹੈ ਸਾ ਨਹੀਂ ਸਾ ਜੀ ਉਹਨਾਂ ਦਾ ਨਹੀਂ ਬਣਉਣੀ ਪਤਾ ਨਹੀਂ ਕੋ ਨਾ ਜ਼ਿਆਦਾ ਮਾਲ ਲੁੱਟੰਦਾ ਮੈਨੂੰ ਨਹੀਂ ਪਤਾ ਕਿ ਕਿਨੇ ਲੁੱਟਿਆ ਜ਼ਿਆਦਾ ਉੰਜ ਵਾਸਤੇ ਲੁੱਟਮਾਰ ਬੜੀ ਹੋਈ ਇਹਨੇ ਹੀ ਬੰਦੇ ਆ ਫਿਰ ਬੰਦੇ ਵੀ ਮਾਰੇ ਨੇ ਆਹ ਇਹਨਾਂ ਬੰਦੇ ਹੀ ਬੰਦੇ ਮਾਰੇ ਨੇ ਇਹਨੇ ਹੀ ਬੰਦਿਆ ਮਾਰੇ ਨੇ ਬੰਦੇ ਉਹਨਾਂ ਉਹਨਾਂ ਸਿੱਖਾਂ ਨੇ ਜ਼ਿਆਦਾ ਮਾਰਿਆ ਮੁਸਲਮਾਨਾਂ ਨੂੰ ਮੁਸਲਮਾਨਾਂ ਨੂੰ ਘੱਟ ਮਾਰੇ ਨੇ ਸਿੱਖਾਂ ਨੇ ਕਿੱਥੇ ਮੁਸਲਮਾਨਾਂ ਨੂੰ ਮਾਰੇ ਇਹ ਇੱਥੇ ਤੁਹਾਡੇ ਪਿੰਡ ਹੀ ਹਾਂਜੀ ਜਦੋਂ ਹਿੰਦੋਸਤਾਨ ਪਾਕਿਸਤਾਨ ਦਾ ਐਲਾਨ ਜੋ ਹੋ ਗਿਆ ਤੇ ਵੱਡਾ ਟੁਕੀ ਸ਼ੁਰੂ ਹੋ ਗਈ ਫਿਰ ਉਹ ਇਧਰ ਤੇ ਬੰਦੇ ਆਉਣ ਲੱਗੇ ਉਧਰ ਦੇ ਇਧਰ ਤੇ ਬੰਦੇ ਉਧਰ ਜਾਣ ਪਏ ਇਧਰ ਦੇ ਉਧਰ ਦੇ ਬੰਦੇ ਇਧਰ ਆਉਣ ਲੱਗੇ ਕਿਧਰ ਦੇ ਕਿਧਰ ਆਉਣ ਲੱਗੇ ਇੰਡੀਆ ਦੇ ਬੰਦੇ ਪਾਕਿਸਤਾਨ ਆਉਣ ਲੱਗੇ ਸਿੱਖ ਆਓ ਇੱਥੇ ਆ ਕੇ ਲੁੱਟ ਕੇ ਮਾਰ ਕੇ ਨਹੀਂ ਨਹੀਂ ਲੁੱਟਦੇ ਨਹੀਂ ਹਣ ਸਿੱਖ ਜਦੋਂ ਜਾਂਦੇ ਜਾਂਦੇ ਹਨ ਉਹ ਮੁਸਮਾਨਾਂ ਨੇ ਫਿਰ ਵੱਢੇ ਜਾਂਦੇ ਹਨ ਸਿੱਖ ਜਦੋਂ ਵਾਪਸ ਗਏ ਨੇ ਉਦੋਂ ਕਤਲਗਤ ਕਰਦੇ ਜਾਂਦੇ ਕਿੱਥੇ ਕਤਲਗਾਰ ਤੁਹਾਡੇ ਪਿੰਡ ਦੇ ਕੋਈ ਕਰੀਬ ਪਿੰਡ ਦੱਸੋ ਜਿੱਥੇ ਉਹਨਾਂ ਨੇ ਕਤਲਗਤ ਅਰਸ ਕੀਤੀ ਹੋਵੇ ਸਾਡੇ ਨਰਵਾਲ ਸਾਰੇ ਲੁੱਟ ਮਾਰ ਉਹਨਾਂ ਕੀਤੀ ਫਿਰ ਜ਼ੌਰ ਬੜੇ ਮਾਰੇ ਲక్ష్ਮੀ ਚੌਕ ਮਡੇ ਬਾਰੇ ਅੱਛਾ ਲక్ష్ਮੀ ਚੌਕ ਦਾ ਮੁਸਲਮਾਨ ਮਾਰੇ ਹਾਂ ਅੱਛਾ ਅੱਛਾ ਇਹ ਗੱਲ ਦੱਸੋ ਉਸ ਤੋਂ ਬਾਅਦ ਤੇ ਨਹੀਂ ਉਹ ਮਨੋਹਰ ਲਾਲ ਤੋਂ ਬਾਅਦ ਕੋਈ ਬੰਦਾ ਆਇਆ ਤੁਹਾਡੇ ਪਿੰਡ ਮਲੋਲਾ ਤੋਂ ਬਾਅਦ ਕੋਈ ਬੰਦਾ ਨਹੀਂ ਆਇਆ ਸਿਰਫ ਇੱਕ ਪੱਥਰ ਸਿੰਘ ਸੀ ਉਹਦਾ ਵੱਡਾ ਬੜਾ ਅਚਬਾਰਾ ਸੀ ਅੱਛਾ ਉਹ ਉਹ ਆਉਣਾ ਚਾਹੁੰਦਾ ਸੀ ਉਹ ਆਇਆ ਨਹੀਂ ਫਿਰ ਵੇਖਿਆ ਨਹੀਂ ਸੋ ਉਹ ਉਹਨਾਂ ਚਾਹੁੰਦਾ ਸੀ ਉਹ ਆਇਆ ਨਹੀਂ ਆ আচ্ছা ਅੱਛਾ ਉਹੜੀ ਤੁਸੀਂ ਮਾਈ ਦਾ ਨਾਮ ਦੱਸਿਆ ਜੀ ਰੋਟੀਆਂ ਲਾਂਦੀ ਸੀ ਹਾਂ ਤੇ ਉਹ ਮਾਇ ਜੀ ਛੋਟਾ ਜਿਹਾ ਬੱਚਾ ਜਿਹਦਾ ਨਾਮ ਤੁਸੀਂ ਦੱਸਿਆ ਹਾਂਜੀ ਕੀ ਨਾਮ ਦੱਸਿਆ ਸੀ ਗੁੱਲੂ RAM ਗੁੱਲੂ RAM ਉਹ ਛੋਟਾ ਜਿਹਦਾ ਮਤਲਬ ਤੁਹਾਡਾ ਦੋਸਤ ਸੀ ਨਾ ਹਾਂਜੀ ਅੱਛਾ ਗੁੱਲੂ RAM ਅਗਰ ਜ਼ਿੰਦਾ ਹੋਵੇ ਹਾਂਜੀ ਤੇ ਤੁਸੀਂ ਉਹਨੂੰ ਕੀ ਪਾਗਾਮ ਦੇਣਾ ਚਾਹੁੰਦੇ ਗੁੱਲੂ RAM ਤੁਹਾਡਾ ਬਚਪਨ ਦਾ ਦੋਸਤ ਹੈ ਨਾ ਮਰ ਗਿਆ ਇਹ ਵੀਡੀਓ ਸੁਣ ਮਰ ਗਿਆ ਹੋਵੇਗਾ ਬਹੁਤ ਹੋ ਗਿਆ ਨਹੀਂ ਤੁਸੀਂ ਹੈ ਉਹਨਾਂ ਨੂੰ ਵੀ ਹੋ ਸਕਦਾ ਹਾਂਜੀ ਕੋਈ ਪੈਗਾਮ ਉਹਨੂੰ ਦੇਣਾ ਚਾਹੁੰਦੇ ਹੋ ਯਾਦਦਾਸ਼ਤ ਦਾ ਪੈਗਾਮ ਹੀ ਦੇਣਾ ਤੁਸੀਂ ਹੋਰ ਤੁਸੀਂ ਕੀ ਆਖਣ ਪੈਗਾਮ ਕਹਦਾ ਜੀ ਦੇਣਾ ਚਾਹਲਿਆ ਜਾਨਕ ਜਿੱਥੇ ਵੀ ਹੈ ਅੱਲਾਹ ਤਾਲਾ ਉਹਨੂੰ ਖੁਸ਼ ਰੱਖੇ ਖੁਸ਼ ਰਹੇ ਬਿਲਕੁਲ ਬਹੁਤ ਅੱਛੀ ਗੱਲ ਹੈ ਅੱਛਾ ਤੁਸੀਂ ਬੜਾ ਅੱਛਾ ਸਾਨੂੰ ਦੱਸਿਆ ਜੋ ਤੁਸੀਂ ਵੇਖਿਆ ਸੁਣਿਆ ਅਗਰ ਤੁਹਾਨੂੰ ਕੋਈ ਹੋਰ ਵੀ ਗੱਲ ਐਸੀ ਯਾਦ ਹੈ ਤੇ ਉਹ ਦੱਸੋ ਯਾਦ ਕਰ ਲਓ ਅਗਰ ਨਹੀਂ ਤੇ ਤੋ ਠੀਕ ਹੈ ਆਪਣੇ ਪਿੰਡ ਦੀ ਨਾਲ ਦੇ ਏਰੀਏ ਦੀ ਕੋਈ ਕੋਈ ਗੱਲ ਜਿਹੜੀ ਤੁਹਾਨੂੰ ਮਸ਼ਹੂਰ ਗੱਲ ਯਾਦ ਹੈ ਤੇ ਦੱਸੋ ਮਸ਼ਹੂਰ ਗੱਲ ਹੈ ਜੀ ਉਦੋਂ Hindu ਲੋਕ ਜਿਹੜੇ ਜ਼ਿਆਦਾ ਪੜਦੇ ਹੁੰਦੇ ਸਨ ਤੇ ਮੁਸਲਮਾਨਾਂ ਦੇ ਬੱਚੇ ਘੱਟ ਪੜਦੇ ਹੁੰਦੇ ਸਨ ਮੁਸਲਮਾਨਾਂ ਦੇ ਬੱਚੇ ਕਿਉਂ ਘੱਟ ਪੜਦੇ ਸਨ ਤੇ Hinduਾਂ ਦੇ ਬੱਚੇ ਜ਼ਿਆਦਾ ਕਿਉਂ ਪੜਦੇ ਸਨ ਗਰੀਬੀ ਤੋਂ अच्छा गरीब भी तो वह अमीर सन वह अमीर स हिंदू लोग अमीर सन ये गरीब क्यों सन तो वह अमीर क्यों सूद सूत पैसा देते हैं सूबत लै लैके अमीर खवादे जाए फिर न अच्छा। असूल सन हुँ, के हुँ, हुँ, एक भिंडियां लिया ने उन्हें गुजारा करना है साढ़िया ने एक भाव भिंडी क्यों किलो लवो हाँ अच्छा अच्छा फजूल खर्च नहीं फजूल खर्च तो पिंड जो बाजार सी हाँ जी और तकरीबन ख्याल के मुताबिक किनिया कु दुकाना सन ਦੁਕਾਨਾਂ तकरीबन 100 ਕੁ ਦੁਕਾਨ ਹੈ ਜੀ ਅਮਣੀ ਸਾਹਿਬ ਅੱਛਾ ਬੜਾ ਵੱਡਾ ਬਾਜ਼ਾਰ ਸਾਹ ਅਮਣੀ ਸਾਹਿਬ ਛੋਟੇ ਛੋਟੇ ਪਿੰਡਾਂ ਵਾਲੇ ਛੋਟੇ ਛੋਟੇ ਪਿੰਡਾਂ ਵਾਲੇ ਸਾਡੇ ਪਿੰਡ ਆ ਕੇ ਸੌਦਾ ਕਰਦੇ ਮਾਈਆਂ ਕੋਈ ਮਸ਼ਹੂਰ ਦੁਕਾਨਦਾਰ ਜਿਹੜਾ ਹਿੰਦੂ ਸਿੱਖ ਕੋਈ ਮਠਿਆਈ ਕੱਢਣ ਵਾਲਾ ਕੋ ਪਕੌੜੇ ਬਣਾਉਣ ਵਾਲਾ ਜਿਹੜਾ ਮਸ਼ਹੂਰ ਹੁੰਦਾ ਹੈ ਬੜਾ ਹਾਂਜੀ ਕੋਈ ਹੈ ਯਾ ਤੁਹਾਡੇ ਯਾ ਜਿਹਦੀ ਦੁਕਾਨ ਕੱਪੜੇ ਦੀ ਪਰਚੂਨ ਦੀ ਅਨਾਜ ਦੀ ਬੜੀ ਚੱਲਦੀ ਹੋਵੇ ਸਰ ਜੀ ਅਹੀ ਤੇ ਤੁਸੀਂ ਛੋਟੇ ਦੇ ਬਾਜ਼ਾਰ ਜਾਂਦੇ ਹੋ ਸੱਚੀ ਆਹੋ ਜਾਈਦਾ ਮੁਨਸੀ ਰੋੜਾ ਜਿਹੜਾ ਹੈ ਨਾ ਇਹ ਜਦੋਂ ਇਹ ਮਕਾਨ ਆਪਣਾ ਵੇਚ ਇਹਦਾ ਕਬਜ਼ਾ ਹੋ ਗਿਆ ਨਾ ਬਸ ਲਲਾਰੀਆਂ ਨੇ ਲਿਆ ਲਲਾਰੀਆਂ ਨੇ ਲਿਆ ਉਹਨਾਂ ਨੀਆਂ ਪੁੱਟੀਆਂ ਤੇ ਉੱਥੇ ਉਹਨਾਂ ਨੀ ਮਜ਼ਦੂਰ ਪੁੱਟ ਰਹੇ ਸਨ ਨੀ ਅੱਛਾ ਬਾਹਰ ਦੀ ਨੀ ਮਜ਼ਦੂਰ ਪੁੱਟ ਰਹੇ ਸਨ ਅੱਛਾ ਉਹ ਜਦੋਂ ਉਹ ਦੀ ਨੀ ਫੋੜਦੇ ਫੋੜਦੇ ਨੇ ਉਹਨੇ ਕਈ ਵਜੇ ਤੇ ਦੇਖਦਾ ਖੜਾਕ ਹੋਇਆ ਅੱਛਾ ਦੇਖਦਾ ਖੜਾਕ ਹੋਇਆ ਤੂੰ ਆਂਦਾ ਉਹ ਬਸ ਕਰੋ ਬਸ ਕਰੋ ਇੱਥੇ ਮਟੀ ਬਾਦ ਇੱਥੇ ਬਾਦ ਇੱਥੇ ਰਹਿੰਦੇ ਹੋ ਇੱਥੇ ਰਹਿੰਦੇ ਹੋ ਕੋਣ ਆਂਦਾ ਲਲਾਰੀ ਇਬਰਾਹਿਮ ਲਲਾਰੀ ਇਬਰਾਹਿਮ ਲਲਾਰੀ ਉਹ ਕਹਿੰਦਾ ਕਿ ਇੱਥੇ ਹੀ ਰਹਿੰਦੇ ਹੋ ਕਮ ਇਹ ਹੁਣ ਮਦਰ ਅੱਗੇ ਨਾ ਜਾਏ ਅੱਛਾ ਇਹ ਮਜ਼ਦੂਰਾਂ ਨੂੰ ਪੈਸੇ ਦਿੱਤੇ ਉਹ ਚਲਾ ਗਏ ਅੱਛਾ ਜਦੋਂ ਫਿਰ ਆਪੀ ਦੋਹਾਂ ਜੁਵਾਨ ਆਪੀ ਖੋਦ ਕੇ ਉਹ ਦੀਵਾਰ ਕੀ ਆਂਦੇ ਨੇ ਨਹੀਂ ਨਹੀਂ ਪੁੱਟ ਕੇ ਤੋਨਾ ਦੇ ਕਢੀ ਇਹ ਮਕਾਨ ਕਿਦਾ ਸੀ ਮੁੰਛੀ ਰੋੜੇ ਦਾ ਉਹ ਜਦੋਂ ਚਲਾ ਗਿਆ ਆ ਜਦ ਚਲਾ ਗਿਆ ਉਦੋਂ ਫ ਬੜਾ ਮਾਲ ਲਾਰੀਆਂ ਨੂੰ ਤਲਬਾ ਇਹ ਉਹ ਹੀ ਲਲਾਰੀ ਦੱਸ ਦਿਓ ਜਿਹਨਾਂ ਸਕੂਲ ਬਣਾਇਆ ਨਹੀਂ ਇਹ ਹੋਰ ਛਿੰਬੇ ਸਣ ਇਹ ਉਹ ਤੁਹਾਡੇ ਪਿੰਡ ਜੀ ਰਹਿੰਦੇ ਨੇ ਹਾਂਜੀ ਉੱਥੇ ਰਹਿੰਦੇ ਐ ਬਕਰੋ ਤੁਹਾਨੂੰ ਇੱਕ ਗੱਲ ਬੜੀ ਅੱਛੀ ਯਾਦ ਆ ਗਈ ਕੋਈ ਹੋਰ ਇਸ ਤਰ੍ਹਾਂ ਦੀ ਯਾਦ ਹੈ ਤੇ ਦੱਸੋ ਇਹਦਾ ਮਤਲਬ ਇਹ ਵੀ ਤੁਹਾਡਾ ਪਿੰਡ ਹੁਣ ਤੇ ਬਹੁਤ ਬੜਾ ਹੋ ਗਿਆ ਹੁਣ ਬੜਾ ਵੱਡਾ ਜੀ ਉੱਥੇ ਦੋ ਚਰਚੇ ਨੇ ਜਦੋਂ ਇਹ ਪਾਕਿਸਤਾਨ ਬਣਨ ਤੋਂ ਬਾਅਦ ਤੁਸੀਂ ਦੱਸ ਦਿਓ ਕਿ 100 ਬਾਜ਼ਾਰ ਸੀ ਆਹ 100 100 ਦੁਕਾਨਾਂ ਸਨ 100 ਦੁਕਾਨ ਸੀ ਆ ਲੋ ਜੀ ਬੜੀ ਮਿਹਰਬਾਨੀ ਬਜ਼ੁਰਗੋ ਤੁਸੀਂ ਸਾਨੂੰ ਬੜਾ ਅੱਛਾ ਦੱਸਿਆ ਵੰਡ ਪੰਜਾਬ ਦੀ ਹਵਾਲੇ ਨਾਲ ਤੁਹਾਡੇ ਨਾਲ ਗੁਫ਼ਤਗੋ ਕੀਤੀ ਏ ਤੁਰਣੀ ਪਿੰਡਾਂ ਦੇ ਬਾਰੇ ਹਿੰਦੂਆਂ ਨੇ ਨਹੀਂ ਸਾਨੂੰ ਮਾਰਿਆ ਹਿੰਦੂਆਂ ਨੇ ਨਹੀਂ ਮਾਰਿਆ ਸਿੱਖਾਂ ਨੇ ਸਾਨੂੰ ਮਾਰਿਆ ਅੱਛਾ ਚਲੋ ਇਹ ਤੇ ਫਿਰ ਉਦੋਂ ਅੱਛੇ ਲੋਕ ਵੀ ਸਨ ਬੁਰੇ ਲੋਕ ਵੀ ਸਨ ਦੂਹਾਂ ਪਾਸੇ ਬਚਾਨ ਵਾਲੇ ਵੀ ਸਨ ਮਾਰਨ ਵਾਲੇ ਵੀ ਸਨ ਉਹ ਦੌਰ ਐਸਾ ਸੀ ਇਨਸਾਨ ਇਨਸਾਨ ਦਾ ਦੁਸ਼ਮਣ ਹੋ ਗਿਆ ਸੀ ਮਾਲ ਤੋਂ ਦੌਲਤ ਤੋਂ ਜਿੱਥੇ ਇਕੱਠੇ ਲੋਕ ਰਹਿੰਦੇ ਸਨ ਉੱਥੇ ਅੱਛੇ ਲੋਕ ਵੀ ਸਨ ਬਚਾਨ ਵਾਲੇ ਉਧਰ ਵੀ ਸਨ ਇਧਰ ਵੀ ਸਨ ਹਾਂਜੀ ਇਹ ਤੇ ਫਿਰ ਇੱਕ ਵਕਤ ਇੰਜ ਦਾ ਸੀ ਉਹ ਵਕਤ ਪੜਾ ਸੀ ਲੋਕ ਪੜੇ ਨਹੀਂ ਸਨ ਬੜੀ ਮਿਹਰਬਾਨੀ ਜੀ ਅਸਲਾਮੁਅਲੈਕ Bakın. Okay.